ਪਤਾਂ ਦੀ ਲਿਸਟ ਵਿੱਚ ਦਾਖਲ ਹੋ ਗਿਆ ਅਤੇ ਅਮਰ ਹੋ ਗਿਆ ਸਦਾ ਵਾਸਤੇ। ਸੋ ਉਹਨੂੰ ਆਪਾਂ ਧਿਆਨ ਨਾਲ ਬਚਣਾ। ਬਹੁਤ ਸਾਰੀਆਂ ਗੱਲਾਂ ਸਾਡੇ ਜੀਵਨ ਨਾਲ ਰਹਿਣਗੀਆਂ ਅਤੇ ਸਾਨੂੰ ਉਹ ਤੋਂ ਚਾਨਣਾ ਮਿਲੇਗਾ। ਸੋ ਗੁਰੂ ਮਹਾਰਾਜ ਦੇ ਪਾਸ ਗਿਆ। ਗੁਰੂ ਮਹਾਰਾਜ ਕਹਿਣ ਲੱਗੇ, ਪ੍ਰੇਮੀਆਂ ਇਹ ਜੋ ਰੂਹ ਹੈ ਇਹ ਪਰਮੇਸ਼ਰ ਤੋਂ ਅਲੈਦਾ ਹੋ ਕੇ ਪ੍ਰਕਿਰਤੀ ਵਿੱਚ ਫਸ ਗਈ। ਕਬੀਰ, ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਲਾਏ, ਅਨਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ। ਇਹ ਨਿਰਮਲ ਬੂੰਦ ਸੀ, ਨਿਰਮਲ ਕਿਰਨ ਸੀ, ਇਹ ਆ ਕੇ ਜਦ ਇਹ ਪ੍ਰਕਿਰਤੀ 'ਚ ਫਸ ਗਈ, ਮੈਟਰ 'ਚ ਫਸ ਗਈ, ਮਾਇਆ ਵਿੱਚ ਫਸ ਗਈ, ਸਰੀਰ ਧਾਰਨੇ ਇਹਨੇ ਸ਼ੁਰੂ ਕਰ ਦਿੱਤੇ, ਉਸ ਵੇਲੇ ਸਰੀਰ ਦਾ ਬੰਧਨ ਇਸ ਨੂੰ ਪੈ ਗਿਆ। ਇਹ ਆਪਣੇ ਆਪ ਨੂੰ ਜੋ ਸਰੀਰ ਧਾਰਦੀ ਹੈ ਆਪਣੇ ਆਪ ਨੂੰ ਸਰੀਰ ਕਹਿੰਦੀ ਹੈ, ਲੇਕਿਨ ਆਪਣਾ ਆਪ ਭੁੱਲ ਗਈ ਵੀ ਮੈਂ ਕੌਣ ਹਾਂ, ਕਿਉਂਕਿ ਠਗਮੂਰੀ ਇਹਦੇ ਉੱਤੇ ਅਸਰ ਕਰ ਗਈ। ਠੱਗਾਂ ਦੀ ਇੱਕ ਬੂਟੀ ਹੁੰਦੀ ਸੀ, ਉਹ ਸੰਘਾ ਦਿਆ ਕਰਦੇ ਸੀ, ਆਦਮੀ ਨੂੰ ਹੋਸ਼ ਏ ਨਹੀਂ ਸੀ ਰਿਹਾ ਕਰਦੀ। ਇਸੇ ਤਰ੍ਹਾਂ ਇਹ ਪਰਮੇਸ਼ੁਰ ਨੇ ਇਹਨੂੰ ਠਗਮੂਰੀ ਸੰਘਾ ਦਿੱਤੀ, ਪ੍ਰਕਿਰਤੀ ਚ ਰਲ ਗਈ। ਹੁਣ ਇਹਨੂੰ ਐਂ ਨਹੀਂ ਪਤਾ ਲੱਗਦਾ ਮੈਂ ਕੌਣ ਹਾਂ, ਇਹ ਇੰਨਾ ਹੇਠਾਂ ਆ ਗਈ ਹੈ ਕਿ ਕੋਈ ਵੀ ਤਰੀਕਾ ਨਹੀਂ ਹੈ ਵੀ ਇਹ ਨਿਕਲੇ ਕਿਸੇ ਤਰ੍ਹਾਂ, ਇਹ ਫਰੀ ਹੋ ਜਾਵੇ। ਅਤੇ ਜਿਵੇਂ ਸਵਾਹ ਦੀ ਭੱਠੀ ਦੀ ਭੱਠ ਦੀ ਸਵਾਹ ਹੁੰਦੀ ਹੈ, ਇਹ ਹਾਲ ਹੋ ਗਿਆ। ਕਮੀਰ, ਨਿਰਮਲ ਬੂੰਦ ਆਕਾਸ਼ ਕੀ ਮਿਲ ਗਈ ਭੂਮ ਵਿਕਾਰ, ਬਿਨ ਸੰਗਤਿਓਂ ਮਾਰੀ ਸੰਗਤ, ਇਹਦਾ ਜੋੜ ਟੁੱਟ ਗਿਆ ਵਾਹਿਗੁਰੂ ਨਾਲ, ਹੋਏ ਗਈ ਭੱਠ ਛਾਰ। ਹੁਣ ਭੱਠ ਦੀ ਸਵਾਹ ਬਣੀ ਪਈ ਹੈ, ਇਹਨੂੰ ਮੁੜ ਕੇ ਕਿਰਨ ਕਿਵੇਂ ਬਣਾਇਆ ਜਾਵੇ, ਕਿਵੇਂ ਜੋਤ ਬਣਾਇਆ ਜਾਵੇ, ਕਿਵੇਂ ਨਿਰਮਲ ਬੂੰਦ ਬਣਾਇਆ ਜਾਵੇ, ਉਹਦੇ ਵਿੱਚ ਸਮਾ ਗਈ। ਸੋ ਉਹਦਾ ਤਰੀਕਾ ਹੈ, ਜਿਹਾ ਜਿਹਾ ਥਾਂ ਹੈ ਉਹੋ ਜਿਹਾ ਸਾਧਨ ਹੈ। ਮਹਾਂਪੁਰਸ਼ ਸਿਆਣੇ ਬੰਦੇ ਜਿਨ੍ਹਾਂ ਨੇ ਇਹਨਾਂ ਗੱਲਾਂ ਨੂੰ ਖੋਜਿਆ, ਉਹ ਕਹਿੰਦੇ ਪਹਿਲਾਂ ਇਸ ਨੂੰ ਜਦ ਵੱਖਰੀ ਹੋਈ ਤਾਂ ਆਪਣੇ ਆਪ ਦਾ ਭਾਵ ਜਾਗਿਆ, ਹੰਗਤਾ ਜਾਗੀ ਇਹਦੇ 'ਚ, ਮੈਂ ਆਈ ਐਮ ਜਾਗਦੀ ਸਾਰ ਇਹਨੇ ਆਪਣੇ ਆਪ ਨੂੰ ਇੱਕ ਪਰਮ ਆਨੰਦ ਦੇ ਮਾਹੌਲ 'ਚ ਦੇਖਿਆ। ਇਹਦੇ ਉੱਤੇ ਸਰਕਲ ਖਿੱਚਿਆ ਗਿਆ ਇੱਕ ਆਨੰਦ ਦਾ, ਅਤੇ ਅੱਡ ਹੋ ਗਈ, ਬੁਲਬੁਲਾ ਬਣ ਗਿਆ ਆਨੰਦ ਦਾ। ਉਹਦੇ ਬਾਅਦ ਇਹਦੇ ਅੰਦਰ ਚੇਤਨਤਾ ਦੇ ਨਾਲ ਬੁੱਧੀ ਜਾਗ ਆਈ, ਇਹਨੂੰ ਪਤਾ ਲੱਗਿਆ ਸਭ ਚੀਜ਼ਾਂ ਦਾ, ਗਿਆਨ ਖੰਡ ਦੇ ਵਿੱਚ ਇਹਦੀ ਅਵਸਥਾ ਹੋ ਗਈ। ਉੱਥੇ ਪਤਾ ਲੱਗਿਆ ਤਾਂ ਬੁੱਧੀ ਨੇ ਗਿਆਨ ਪ੍ਰਾਪਤ ਕਰਦੀ ਸਾਰ ਫੁਰਨਾ ਕਰਨਾ ਸ਼ੁਰੂ ਕਰ ਦਿੱਤਾ। ਇਹ ਫੁਰਨਿਆਂ ਦੇ ਮੰਡਲ 'ਚ ਆ ਗਈ, ਬੁੱਧੀ ਦੇ ਮੰਡਲ 'ਚ, ਫਿਰ ਫੁਰਨਿਆਂ ਦੇ ਮੰਡਲ 'ਚ। ਫੁਰਨਿਆਂ ਦੇ ਮੰਡਲ ਦੇ ਵਿੱਚੋਂ ਐਨਰਜੀ ਨਾਲ ਜਦੋਂ ਇਹਦਾ ਵਾਹ ਪਿਆ, ਉਸ ਵੇਲੇ ਪੰਜਾਂ ਤੱਤਾਂ ਦੇ ਵਿੱਚ ਆ ਕੇ ਫਸ ਗਈ। ਹੁਣ ਪੰਜ ਇਹਦੇ ਉੱਤੇ ਪਰਦੇ ਪੈ ਗਏ, ਪੰਜਾਂ ਪਰਦਿਆਂ 'ਚੋਂ ਕੱਢਣ ਵਾਸਤੇ ਪੰਜੇ ਹੀ ਤਰੀਕੇ ਹੋਇਆ ਕਰਦੇ ਨੇ। ਸੋ ਮਹਾਰਾਜ ਕਹਿਣ ਲੱਗੇ, ਦੇਖ ਪ੍ਰੇਮੀਆਂ, ਇਹ ਨੇਚੇ ਰੱਖ, ਤੂੰ ਰੂਹ ਹੈ ਇਸ ਸਰੀਰ ਦੇ ਅੰਦਰ, ਅਤੇ ਫਸੀ ਤਾਂ ਹੈ ਕਿ ਤੂੰ ਆਪਣੇ ਆਪ ਨੂੰ ਸਰੀਰ ਮੰਨੀ ਜਾਂਦਾ, ਸਰੀਰ ਨਹੀਂ ਤੂੰ ਹੈਗਾ, ਲੇਕਿਨ ਹੁਣ ਤੂੰ ਸਰੀਰ ਹੀ ਬਣਿਆ ਹੋਇਆ, ਕਿਉਂਕਿ ਤੂੰ ਅਜੇ ਇਹਦੇ ਵਿੱਚੋਂ ਨਿਕਲਿਆ ਨਹੀਂ ਹੈ। ਤੂੰ ਇਹ ਧਿਆਨ ਰੱਖੀ ਕਿ ਮੈਂ ਸਰੀਰ ਨਹੀਂ ਹਾਂ, ਪਰ ਇਹਦੇ ਵਿੱਚੋਂ ਨਿਕਲਣ ਦਾ ਤਰੀਕਾ ਇਹ ਹੈ ਕਿ ਤੂੰ ਸ਼ੁਭ ਕਰਮ ਕਰ ਅਤੇ ਪਰਮੇਸ਼ੁਰ ਨੂੰ ਯਾਦ ਰੱਖ। ਸੋ ਜੋ ਅਸੀਂ ਬਚਨ ਕਹਿੰਦੇ ਹਾਂ ਉਹਨੂੰ ਧਿਆਨ ਦੇ ਨਾਲ ਸੁਣੀ, ਇਹਦੇ ਨਾਲ ਤੇਰਾ ਛੁਟਕਾਰਾ ਹੋ ਜਾਏ। ਪਹਿਲੀ ਤਾਂ ਗੱਲ ਇਹ ਹੈ ਬਈ, ਕੋਈ ਭੁੱਲ ਕੇ ਵੀ ਮਾੜਾ ਕੰਮ ਨਾ ਕਰੀਂ, ਕਿਸੇ ਦਾ ਦਿਲ ਨਾ ਦਿਖਾਈ, ਝੂਠ ਨਾ ਬੋਲੀਂ, ਛਲ ਨਾ ਕਰੀਂ, ਕਪਟ ਨਾ ਕਰੀਂ, ਧੋਖਾ ਨਾ ਦੇਈਂ, ਨਿੰਦਿਆ ਨਾ ਕਰੀਂ, ਲੋਭ ਦੇ ਵਿੱਚ ਨਾ ਆਈਂ, ਕ੍ਰੋਧ ਵਿੱਚ ਨਾ ਆਈਂ, ਮੋਹ ਵਿੱਚ ਨਾ ਆਈਂ, ਹੰਕਾਰ 'ਚ ਨਾ ਆਈਂ, ਲੱਭ ਨਾ ਕਰੀਂ, ਕਾਮ ਦੇ ਵਿੱਚ ਨਾ ਫਸੀਂ। ਇਹਨਾਂ ਸਾਰੀਆਂ ਚੀਜ਼ਾਂ ਤੋਂ ਨਿਕਲ ਕੇ ਉਹ ਕੰਮ ਕਰੀਂ ਜਿਹੜੇ ਦੂਸਰਿਆਂ ਨੂੰ ਸੁੱਖ ਅਤੇ ਆਰਾਮ ਪਹੁੰਚਾਉਂਦੇ ਹੋ। ਕਿਉਂਕਿ ਜੇ ਤੂੰ ਇਹ ਕੰਮ ਕਰੇਗਾ, ਫਿਰ ਅੱਗੇ ਜਾ ਕੇ ਦਰਗਾਹ 'ਚ ਤੈਨੂੰ ਜਵਾਬ ਦੇਣਾ ਪੈਣਾ, ਨਾਨਕ ਆਖੇ ਰੇ ਮਨਾ ਸੁਣਿਆ ਸਿੱਖ ਸਹੀ, ਲੇਖਾ ਰਮ ਮੰਗੇਸਿਆ ਬੈਠਾ ਕੱਢ ਬਈ, ਤਲਵਾਂ ਪੌਸਣ ਆਕੀਆਂ ਬਾਕੀ ਜਿਨ੍ਹਾਂ ਰਹੀ, ਅਦਰਾਈ ਫਰੇਸ਼ਤਾ ਉਸੀ ਆਏ ਤਈ, ਆਪਣੇ ਜਾਣ ਨਾ ਸੁੱਜਈ ਪੀੜੀ ਗਲੀ ਫਈ, ਕੂੜਨ ਫੁੱਟੇ ਨਾਨਕਾ ਉੜਕ ਸੱਚ ਰਹੀ। ਉਹ ਕੰਮ ਨਾ ਕਰੀ, ਐਸਾ ਕੰਮ ਨਾ ਕਰੀ ਕਿ ਦਰਗਾਹ ਜਾ ਕੇ ਤੈਨੂੰ ਹਾਰ ਹੋ ਜਾਵੇ। ਮੰਦਾ ਕੰਮ ਨਾ ਕਰੀਏ ਪਿਆਰੇ, ਬਾਜੀ ਹਾਰ ਜਾਏਗਾ।
ਪਿਆਰੇ ਬਾਜੀ ਹਾਰ ਜਾਵਾਂਗਾ ਮੰਗਾ ਕੰਮ ਕਰੀਏ ਪਿਆਰੇ ਬਾਜੀ ਹਾਰ ਜਾਵਾਂਗਾ ਮਹਾਰਾਜ ਕਹਿਣ ਲੱਗੇ ਦੇਖ ਭਾਈ ਗੁਜਰ ਸੰਸਾਰ ਦੇ ਅੰਦਰ ਆਦਮੀ ਕੰਮ ਤਾਂ ਕਰਦਾ ਇੱਕ ਕੰਮ ਉਹ ਕਰਦਾ ਜਿਹੜਾ ਕੰਮ ਕਰਨ ਦੇ ਨਾਲ ਦਰਗਾਹ ਵਿੱਚ ਜਦੋਂ ਜਾਂਦਾ ਉੱਥੇ ਧੰਨ ਧੰਨ ਹੁੰਦੀ ਹੈ ਆਪ ਵੀ ਛੁੱਟਦਾ ਅਤੇ ਆਪਣੀਆਂ ਕੁਲਾਂ ਨੂੰ ਵੀ ਛੁਡਾ ਦਿੰਦਾ ਇੱਕ ਕੰਮ ਉਹ ਕਰਦਾ ਜਿਹੜਾ ਦਰਗਾਹ ਦੇ ਵਿੱਚ ਆਪ ਵੀ ਡੁੱਬਦਾ ਅਤੇ ਆਪਣੀਆਂ ਕੁਲਾਂ ਨੂੰ ਵੀ ਡੋਬ ਦਿੰਦਾ ਕੁਲਾਂ ਨੂੰ ਕੌਣ ਡੋਬਦਾ ਕਹਿੰਦੇ ਮਦਰਾ ਦੈਤੀ ਸਬਤ ਕੁਲ ਸੱਤ ਕੁਲ ਨੂੰ ਡੋਬਦਾ ਸ਼ਰਾਬ ਪੀਣ ਵਾਲਾ ਭੰਗ ਦਹੇ ਤਨ ਏਕ ਭੰਗ ਜਿਹੜਾ ਪੀਂਦਾ ਇੱਕ ਤਨ ਨੂੰ ਆਪੇ ਨੂੰ ਡੋਬਦਾ ਜਗਤ ਜੂਠ ਸੱਤ ਕੁਲ ਦਾ ਹੈ ਸੌ ਕੁਲ ਦਾ ਖਾਤਮਾ ਕਰਦਾ ਹੈ ਤੰਬਾਕੂ ਪੀਣ ਵਾਲਾ ਨਿੰਦਾ ਦਹੇ ਅਨੇਕ ਤੰਬਾਕੂ ਪੀਣ ਵਾਲੇ ਨੂੰ ਵੀ ਮਾੜਾ ਜਿਹੜਾ ਹੈ ਨਾ ਉਹ ਨਿੰਦਿਆ ਕਰਨ ਵਾਲਾ ਉਹਦਾ ਕੋਈ ਗਿਣਤੀ ਮਿਣਤੀ ਨਹੀਂ ਆਪ ਵੀ ਡੁੱਬਦਾ ਅਤੇ ਕੁਲਾਂ ਨੂੰ ਵੀ ਡੁਬੋ ਦਿੰਦਾ ਇਸੇ ਕਰਕੇ ਮਹਾਰਾਜ ਕਹਿੰਦੇ ਨੇ ਕਿ ਐਸਾ ਪੁੱਤਰ ਪੈਦਾ ਹੀ ਨਹੀਂ ਹੋਣਾ ਚਾਹੀਦਾ ਕੁਲ ਦੇ ਅੰਦਰ ਜੇ ਕੁਲ ਪੂਤ ਨਾ ਗਿਆਨ ਵਿਚਾਰੀ ਵਿਧਵਾ ਕਸ ਨਾ ਪਈ ਮੈਂ ਤਾਰੀ ਉਹ ਮਾਏ ਵਿਧਵਾ ਹੋ ਜਾਂਦੀ ਪੁੱਤਰ ਪੈਦਾ ਹੀ ਨਾ ਹੁੰਦਾ ਜੇ ਨਾ ਰਾਮ ਭਗਤ ਨਹੀਂ ਸਾਧੀ ਜਨਮਤ ਕਸ ਨਾ ਹੋਇਓ ਅਪਰਾਧੀ ਕਹਿੰਦੇ ਉਹ ਅਪਰਾਧੀ ਆ ਤੂੰ ਜੇ ਭਜਨ ਨਹੀਂ ਸੀ ਕਰਨਾ ਜੰਮਦਾ ਹੀ ਮਰ ਜਾਂਦਾ ਪੈਦਾ ਕੀ ਸੀ ਤੇਰਾ ਸੰਸਾਰ 'ਚ ਰਹਿਣ ਦਾ ਜਲ ਉਹ ਐਸੀ ਰੀਤ ਜਿੱਤ ਮੈਂ ਪਿਆਰਾ ਵਿਚਰੈ ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹਿ ਜੇ ਦਰਗਾਹ ਜਾ ਕੇ ਪਤ ਰਹਿ ਉਹ ਕੰਮ ਨੇ ਜਿਨ੍ਹਾਂ ਦੇ ਨਾਲ ਜਾ ਕੇ ਫਿਟਕਾਰਾਂ ਪੈਂਦੀਆਂ ਦੂਸਰੇ ਪਾਸੇ ਹੈ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਥਨ ਕਰ ਪਾਇਆ ਤਾਜ਼ਾ ਮਮਾਨ ਲਿਓ ਮਨ ਮੋਰ ਰਾਮ ਨਾਮ ਹਿਰਦੇ ਮੈਂ ਤੋਰ ਲਾਦ ਖੇਪ ਸੰਤ ਹੈ ਸੰਚਾਰ ਅਵਰ ਤਿਆਗ ਵਿਖਿਆ ਜੰਜਾਲ ਧੰਨ ਧੰਨ ਕਹੇ ਸਭ ਕੋਏ ਮੁੱਖ ਉਜਲ
ਹਰ ਦਰਗੇ ਸੋ ਇਹ ਵਪਾਰ ਬਿਰਲਾ ਵਪਾਰ ਹੈ ਨਾਨਕ ਤਾਂ ਕਿ ਸਦ ਬਲਿਹਾਰ। ਕਹਿੰਦੇ ਦੇਖ ਭਾਈ ਦੋਏ ਕੰਮ ਨੇ, ਜਿੱਤ ਸੇਵੀਆ ਸੁੱਖ ਪਾਈਐ ਸੋ ਸਾਇਦ ਸਦਾ ਸੰਭਾਲੀਏ, ਜਿੱਤ ਕੀਤਾ ਪਾਈਆ ਆਪਣਾ ਸਾ ਹਾਲ ਬੁਰੀ ਕਿਉਂ ਕਰ ਲਈਏ। ਜਿਹੜਾ ਆਪਣਾ ਕੀਤਾ ਹੋਇਆ ਪਾਉਣਾ ਹੈ ਐਸਾ ਕੰਮ ਨਾ ਕਰ, ਕਰਨਾ ਨਹੀਂ ਚਾਹੀਦਾ, ਮੰਦਾ ਮੂਲ ਨਾ ਕੀ ਚਾਹੀਦੇ, ਲੰਮੀ ਨਜ਼ਰ ਨਿਹਾਲੀ, ਦਰਗਾਹ ਦੇ ਵਿੱਚ ਨਿਗਾਹ ਰੱਖ ਕੰਮ ਕਰਨ ਤੋਂ ਪਹਿਲਾਂ ਵੀ ਉੱਥੇ ਮੈਨੂੰ ਇਹਦੇ ਨਾਲ ਸ਼ਾਬਾਸ਼ ਮਿਲੇਗੀ ਜਾਂ ਡੰਡੇ ਪੈਣਗੇ ਜਾਂ ਮੈਨੂੰ ਦਰਕਾਰਿਆ ਜਾਏਗਾ ਫਟਕਾਰਿਆ ਜਾਏਗਾ। ਜਿਉਂ ਸਾਹਿਬ ਨਾਲ ਨਾ ਹਾਰੀਏ ਅਤੇ ਵਿਆਹ ਪਾਸਾ ਟਾਲੀਏ, ਵਾਹਿਗੁਰੂ ਨਾਲ ਹਾਰ ਨਾ ਹੋਵੇ ਉਹ ਜਿਹਾ ਜੀਵਨ ਆਪਣਾ ਬਣਾ ਕੇ ਚੱਲ ਕਿਸ ਲਾਹੇ ਉੱਪਰ ਕਰ। ਕਹਿੰਦੇ ਇੱਕ ਤਾਂ ਇਹ ਰੱਖੀ ਕਰਮ ਸ਼ੁਭ ਰੱਖਣੇ ਨੇ ਸਾਰੇ ਜਿਹਨੂੰ ਸੰਮ ਅਤੇ ਦਮ ਕਹਿੰਦੇ ਨੇ। ਦੂਸਰੀ ਬਾਤ ਹੈ ਸਾਧਨ ਜਿਹੜਾ ਹੈਗਾ ਉਹ ਇਹ ਹੈ ਕਿ ਪ੍ਰਭੂ ਦਾ ਨਾਮ ਵੀ ਜਪਣਾ ਹੈ ਅਤੇ ਬਾਣੀ ਪੜ੍ਹਨੀ ਹੈ। ਬਾਣੀ ਪੜ੍ਹਨ ਦੇ ਭੇਦ ਹੋਇਆ ਕਰਦੇ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਕੋਲ ਸੰਗਤ ਆਈ, ਆ ਕੇ ਕਹਿਣ ਲੱਗੀ ਪਾਤਸ਼ਾਹ ਬਾਣੀ ਅਸੀਂ ਬੜੀ ਪੜ੍ਹਦੇ ਹਾਂ। ਆਪਦਾ ਫਰਮਾਨ ਹੈ ਕਿ ਬਾਣੀ ਪੜ੍ਹਨ ਦੇ ਨਾਲ ਆਦਮੀ ਦਾ ਮਨ ਸ਼ਾਂਤ ਹੋ ਜਾਂਦਾ, ਸੁੱਖ ਹੋ ਜਾਂਦਾ ਅਤੇ ਇੱਕ ਆਨੰਦ ਆਉਂਦਾ। ਅਤੇ ਅਸੀਂ ਇਸ ਤਰ੍ਹਾਂ ਦੇ ਨਾਲ ਵੀ ਸੁਣਿਆ ਚੜੀ ਰਹੇ ਦਿਨ ਰਾਤ ਨਾਮ ਉਤਰ ਜਾਏ ਪ੍ਰਭਾਤ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਜਨ। ਮਹਾਰਾਜ ਐਸੇ ਬਚਨ ਵੀ ਅਸੀਂ ਸੁਣਦੇ ਹਾਂ ਗਿਆਨਵਾਨ ਪੁਰਸ਼ਾਂ ਤੋਂ ਕਿ ਨਾਮ ਦੇ ਅੰਦਰ ਕੋਈ ਨਸ਼ਾ ਹੋਇਆ ਕਰਦਾ, ਬਾਣੀ ਦੇ ਅੰਦਰ ਨਸ਼ਾ ਹੁੰਦਾ, ਪਰ ਸਾਡਾ ਤਾਂ ਮਨੇ ਨਹੀਂ ਟਿਕਦਾ। ਮਹਾਰਾਜ ਕਹਿੰਦੇ ਤੁਸੀਂ ਪੜ੍ਹਦੇ ਨਹੀਂ ਹੋਵੇ। ਕਹਿੰਦੇ ਮਹਾਰਾਜ ਪੰਜ ਬਾਣੀਆਂ ਤਾਂ ਜਿਹੜਾ ਆਪਦਾ ਹੁਕਮ ਹੈ ਉਹ ਪੜ੍ਹਦੇ, ਉਦੋਂ ਬੰਦ ਵੱਧ ਪੰਜ ਸੱਤ ਹੋਰ ਪੜ੍ਹ ਲੈਂਦੇ ਹਾਂ, ਸੁਖਨੀ ਸਾਹਿਬ ਵੀ ਪੜ੍ਹ ਲੈਂਦੇ ਹਾਂ, ਆਸਾ ਦੀ ਵਾਰ ਸ਼ਬਦਾਂ ਛੱਕੀਆਂ ਸਮੇਤ ਵੀ ਪੜ੍ਹਦੇ ਹਾਂ, ਸਵਈਏ ਵੀ ਪੜ੍ਹਦੇ ਹਾਂ, ਦੀਨਨ ਕੀ ਪ੍ਰਤਪਾਠ ਕਰੇ ਦੋਏ ਸ਼ਬਦ ਹਜ਼ਾਰੇ ਪੜ੍ਹਦੇ ਹਾਂ, ਹੋਰ ਵੀ ਜੋ ਬਾਣੀ ਬਾਰੀ ਸਿੱਧੇ ਆਉਂਦੀ ਹੈ, ਕਦੇ ਦੱਖਣੀ ਓਂਕਾਰ ਪੜ੍ਹਦੇ ਹਾਂ, ਕਦੇ ਸਿੱਧ ਗੋਸ਼ਟ ਪੜ੍ਹਦੇ ਹਾਂ, ਕਦੇ ਬਾਵਨ ਅੱਖਰੀ ਪੜ੍ਹਦੇ ਹਾਂ, ਕਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਵੀ ਬਾਣੀ ਪੜ੍ਹਦੇ ਹਾਂ, ਪਰ ਮਹਾਰਾਜ ਸੱਚ ਸੱਚ ਅਸੀਂ ਆਪਦੇ ਅੱਗੇ ਬੋਲਦੇ ਹਾਂ ਕਿ ਸਾਨੂੰ ਤਾਂ ਉਹ ਨਸ਼ਾ ਪ੍ਰਾਪਤ ਨਹੀਂ ਹੁੰਦਾ, ਸਾਡੇ ਵਿੱਚ ਨੁਕਸ ਹੈ ਜਾਂ ਕਿਸੇ ਹੋਰ ਸਾਨੂੰ ਨੁਕਸ ਹੈ, ਆਪ ਕਿਰਪਾ ਕਰਕੇ ਦੱਸੋ। ਮਹਾਰਾਜ ਕਹਿੰਦੇ ਤੁਸੀਂ ਪੜ੍ਹਦੇ ਹੀ ਨਹੀਂ ਹੈਗੇ, ਜਿਸ ਤਰ੍ਹਾਂ ਬਾਣੀ ਪੜ੍ਹਨੀ ਚਾਹੀਦੀ ਹੈ ਉਸ ਤਰ੍ਹਾਂ ਨਹੀਂ ਪੜ੍ਹਦੇ, ਮਹਾਰਾਜ ਆਪ ਕਿਰਪਾ ਕਰਕੇ ਸਮਝਾ ਦਿਓ। ਮਹਾਰਾਜ ਨੇ ਪ੍ਰੈਕਟੀਕਲੀ ਸਮਝਾਉਣ ਵਾਸਤੇ ਹੁਕਮ ਦਿੱਤਾ ਕਿ ਇੱਕ ਬਾਲਟੀ ਅਤੇ ਕੁਛ ਲੈ ਆਓ ਬਾਟੇ, ਛੋਟੇ ਬਾਟੇ ਵੱਡੇ ਬਾਟੇ ਅਤੇ ਬਾਲਟੀ ਸੁੱਖੇ ਸੁੱਖੇ ਦੀ ਭਰ ਲਿਓ। ਇਸੇ ਤਰ੍ਹਾਂ ਹੁਕਮ ਦੀ ਤਾਮੀਲ ਹੋਈ, ਵੱਡੇ ਬਾਟੇ ਭਰ ਕੇ ਅਧਿਆ ਨੂੰ ਕਿਹਾ ਉੱਥੇ ਜਾ ਕੇ ਕੋਲੀਆਂ ਕਰੋ, ਦੇਖਿਓ ਇੱਕ ਕਤਰਾ ਵੀ ਅੰਦਰ ਨਾ ਚਲਿਆ ਜਾਵੇ, ਸਾਵਧਾਨੀ ਵਰਤਣੀ, ਲਓ ਭਾਈ ਆ ਦੋ ਦੋ ਘੁੱਟਾਂ ਤੁਸੀਂ ਪੀ ਲਓ।
ਜਦ ਉਹ ਕੰਮ ਖਤਮ ਕਰਕੇ ਆਏ, ਕੁੜੀਆਂ ਕਰਕੇ ਆਏ, ਉਸ ਵੇਲੇ ਮਹਾਰਾਜ ਨੇ ਪੁੱਛਿਆ, ਕਿਉਂ ਭਾਈ ਤੁਹਾਨੂੰ ਨਸ਼ਾ ਹੋਇਆ ਕੁਛ? ਕਹਿੰਦੇ ਮਹਾਰਾਜ ਨਸ਼ਾ ਕਾਹਦਾ, ਅਸੀਂ ਤਾਂ ਕੁੜੀਆਂ ਹੀ ਕਰੀਆਂ। ਕਹਿੰਦੇ ਬਾਟਾ ਤਾਂ ਬਹੁਤ ਸੀ, ਕੋਈ ਭੁੱਲ ਭੁਲੇਖੇ ਅੰਦਰ ਚਲੀ ਗਈ ਹੋਵੇ ਕੁੱਟ? ਕਹਿੰਦੇ ਨਾ ਮਹਾਰਾਜ, ਅਸੀਂ ਜਾਣੇ ਨਹੀਂ ਦਿੱਤੀ, ਗਲ ਤੱਕ ਤਾਂ ਅਸੀਂ ਜਾਣੇ ਨਹੀਂ ਅਤੇ ਉਰਲੇ ਉਰਲੇ ਪਾਸੇ ਰੱਖਦੇ ਰਹੇ ਹਾਂ, ਵੀ ਕਿਤੇ ਤਾਂ ਹੁਕਮ ਦੀ ਅਦੂਲੀ ਨਾ ਹੋਵੇ, ਹੁਕਮ ਅਦੂਲੀ ਨਾ ਹੋਵੇ। ਤੁਸੀਂ ਦੱਸੋ ਭਾਈ, ਕਹਿੰਦੇ ਮਹਾਰਾਜ ਸਾਡਾ ਤਾਂ ਸਿਰ ਚੱਕਰ ਜੇ ਖਾਣ ਲੱਗ ਗਿਆ। ਮਹਾਰਾਜ ਕਹਿੰਦੇ ਦੇਖੋ, ਇਹਨਾਂ ਨੇ ਦੋ ਘੁੱਟ ਅਤੇ ਤੁਸੀਂ ਵਾਟਾ। ਕਹਿੰਦੇ ਮਹਾਰਾਜ, ਅਸੀਂ ਤਾਂ ਕੁਰਲੀਆਂ ਹੀ ਕਰੀਆਂ। ਮਹਾਰਾਜ ਕਹਿੰਦੇ ਪ੍ਰੇਮੀਓ, ਇਸੇ ਤਰ੍ਹਾਂ ਦੇ ਨਾਲ ਬਾਣੀ ਪੜ੍ਹਨ ਦੇ ਵਿੱਚ ਭੇਤ ਹੋਇਆ ਕਰ। ਬਾਣੀ ਹੁੰਦੀ ਹੈ ਪਹਿਲਾਂ ਗੁਟਕੇ ਤੋਂ ਦੇਖ ਕੇ ਪੜ੍ਹਦੇ ਹਾਂ, ਗੁਟਕੇ ਤੋਂ ਦੇਖ ਕੇ ਤਾਂ ਪੜ੍ਹਦੇ ਹਾਂ ਵੀ ਕਈ ਵਾਰੀ ਅਸ਼ੁੱਧ ਯਾਦ ਹੋ ਜਾਂਦੀ ਹੈ, ਉਹ ਫਿਰ ਪੱਕ ਜਾਂਦੀ ਹੈ, ਜਿੰਨਾ ਜੀ ਕਰਦਾ ਉਹਨੂੰ ਜ਼ੋਰ ਲਾ ਲਓ, ਮੁੜ ਕੇ ਸ਼ੁੱਧ ਨਹੀਂ ਹੁੰਦੀ। ਉਹੀ ਅੱਖਰ ਕਹੇਗਾ ਜਦ ਕਹੇਗਾ, ਕਿਉਂਕਿ ਯਾਦਦਾਸ਼ਤ ਵਿੱਚ ਉਹ ਚਲਿਆ ਗਿਆ। ਗੁਟਕੇ ਤੋਂ ਦੇਖ ਕੇ ਜਦੋਂ ਅਸੀਂ ਪੜ੍ਹਦੇ ਹਾਂ ਫਿਰ ਸ਼ੁੱਧ ਬਾਣੀ ਪੜ੍ਹ ਹੋ ਜਾਂਦੀ ਹੈ, ਲੇਕਿਨ ਬਾਣੀ ਕੰਠ ਦੀ ਹੋਇਆ ਕਰਦੀ ਹੈ ਹਮੇਸ਼ਾ। ਗੁਟਕਾ ਮਿਲੇ ਨਾ ਮਿਲੇ, ਐਨਕਾਂ ਹੀ ਨਾ ਮਿਲਣ ਫਿਰ ਕੀ ਕਰੇ। ਲੇਕਿਨ ਆਮ ਇਹ ਹੈ ਕਿ ਬਾਣੀ ਜੋ ਪੜ੍ਹਦਾ ਹੈ ਦੇਖ ਕੇ ਪੜ੍ਹੋ, ਜਿਹਦੀ ਸੁਰਤ ਨਹੀਂ ਲੱਗਦੀ ਉਹ ਲਗਾ ਮਾਤਰਾ 'ਚ ਸੁਰਤ ਲਓ, ਅੱਖਰਾਂ ਨੂੰ ਲੱਗੀਆਂ ਹੁੰਦੀਆਂ ਨੇ ਉਹਨੂੰ ਦੇਖਦੇ ਚਲੇ ਜਾਓ, ਪੱਕ ਜਾਏਗੀ। ਜਦੋਂ ਸੁਰਤੀ ਵਿੱਚ ਟਿਕਣ ਲੱਗ ਗਈ ਬਾਣੀ ਦੇ, ਉਸ ਵੇਲੇ ਬਾਣੀ ਦੀ ਵਿਚਾਰ ਕਰੋ। ਸੋ ਕਹਿੰਦੇ ਦੇਖੋ, ਪਹਿਲਾਂ ਤਾਂ ਹੈਗਾ ਪੜ੍ਹਨਾ, ਹੁਣ ਦੂਸਰਾ ਦਰਜਾ ਬਾਣੀ ਦਾ ਹੈਗਾ ਵਿਚਾਰਨਾ, ਹੁਣ ਤੀਸਰਾ ਦਰਜਾ ਕੀ ਹੈ? ਵਿਚਾਰ ਤਾਂ ਬਾਣੀ ਦੀ ਕਰ ਲਈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਭਈ ਲੱਗ ਗਈ, ਪੱਲੇ ਸਭ ਕੁਛ ਪਾਏ। ਪੜ੍ਹ ਲਿਆ ਕਿ ਬੁਰੇ ਦਾ ਭਲਾ ਕਰਨਾ, ਬੁਰੇ ਦਾ ਬੁਰਾ ਨਹੀਂ ਕਰਨਾ, ਅਤੇ ਕਿਸੇ ਨਾਲ ਗੁੱਸੇ ਹੋ ਕੇ ਮਨ ਵਿੱਚ ਗੁੱਸਾ ਹੰਢਾਉਣਾ ਨਹੀਂ ਹੈ, ਚਿਤਵਣੀਆਂ ਨਹੀਂ ਚਿਤਵੀ ਜਾਣੀਆਂ ਵੀ ਐਂ ਕਰਾਂ ਮੈਂ, ਇਹਨੂੰ ਐਂ ਕਰਾਂ ਮੈਂ, ਇਹਨੂੰ ਐਂ ਕਰਾਂ, ਫਲਾਣੇ ਥਾਂ 'ਤੇ ਹਾਰ ਦਿਓ। ਕਹਿੰਦੇ ਇਹਦੇ ਨਾਲ ਦੇਹੀ ਨੂੰ ਤੁਹਾਡੀ ਨੂੰ ਰੋਗ ਨਹੀਂ ਲੱਗਣਾ, ਰਾਜ਼ੀ ਹੋ ਜਾਓਗੇ ਅਤੇ ਤੁਹਾਨੂੰ ਰੂਹਾਨੀ ਦੌਲਤ ਸਾਰੀ ਮਿਲ ਜੂ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ। ਪੜ੍ਹ ਲਿਆ ਬਈ, ਆਪਣੇ ਆਪ ਨੂੰ ਸਮਾਰ ਲੈ, ਜਦ ਤੂੰ ਆਪਣੇ ਆਪ ਨੂੰ ਠੀਕ ਤਰ੍ਹਾਂ ਸਮਾਰ ਲਏਗਾ ਤਾਂ ਮੈਨੂੰ ਮਿਲ ਜਾਏਗਾ, ਵਾਹਿਗੁਰੂ ਜੀ ਕਹਿੰਦੇ ਨੇ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਹੁਣ ਇਹਦੇ ਅਰਥ ਵੀ ਸਮਝ 'ਚ ਆ ਗਏ ਅਤੇ ਬਾਣੀ ਵੀ ਪੜ੍ਹ ਲਈ, ਦੋ ਤਾਂ ਚੀਜ਼ਾਂ ਸਾਡੇ ਸਮਝ 'ਚ ਆ ਗਈਆਂ। ਹੁਣ ਆ ਗਈ ਕਮਾਉਣ ਦੀ ਗੱਲ, ਬਈ ਬਾਣੀ ਨੂੰ ਕਮਾਈਏ ਕਿਵੇਂ? ਪਰ ਕਾ ਬੁਰਾ ਨਾ ਰੱਖੋ ਚੀ, ਤੁਮਕੋ ਦੁੱਖ ਨਾ ਪਾਈ ਵੀ, ਬੱਬਾ ਬੈਰ ਨਾ ਕਰੀਏ ਕਹੂੰ। ਪੜ੍ਹ ਲਿਆ ਸੀ, ਲੇਕਿਨ ਇਹ ਕਮਾਈ ਨਹੀਂ ਜਾਂਦੀ। ਇੱਕੋ ਤੁੱਕ ਕਮਾਉਣ ਦੀ ਕੋਸ਼ਿਸ਼ ਕਰੋ ਵੀ ਇੱਕ ਤੁੱਕ ਕਮਾਉਣੀ ਹੈ ਇੱਕ ਮਹੀਨੇ ਦੇ ਅੰਦਰ, ਜੇ ਤਾਂ ਐਂ ਕਰਾਂਗੇ ਫਿਰ ਤਾਂ ਲੰਘ ਜਾਂਗੇ। ਕਮਾਉਣਾ ਇਸ ਤਰ੍ਹਾਂ ਹੁੰਦਾ, ਅਧਿਸ਼ਟਰ ਪੰਜ ਭਰਾ ਪਾਂਡਵ ਸੀਗੇ, ਪੜ੍ਹਨ ਲਾ ਤੇ, ਕੌਰਵ ਵੀ ਲਾ ਤੇ, ਇਹ ਛੇਤੀ ਛੇਤੀ ਪੜ੍ਹਦੇ ਜਾਂਦੇ ਨੇ। ਅਧਿਸ਼ਟਰ ਰੁਕ ਗਿਆ ਆ ਕੇ ਭਰਾਵੇਂ ਅੱਖਰਾਂ 'ਤੇ, ਜਿੱਥੇ ਜੋੜਵੇਂ ਅੱਖਰ ਆਉਂਦੇ ਸੀ ਉੱਥੇ ਰੁਕ ਗਿਆ, ਉੱਥੇ ਸਬਕ ਦੇ ਵਿੱਚ ਆ ਗਿਆ ਕ੍ਰੋਧ ਮਤ ਕਰੋ। ਮਾਸਟਰ ਪੁੱਛਦਾ ਗਾਂ ਸੰਥਿਆ ਲੈ, ਕਹਿੰਦਾ ਮੇਰੇ ਤਾਂ ਯਾਦ ਹੀ ਨਹੀਂ ਹੋਈ, ਦੋ ਤਿੰਨ ਮਹੀਨੇ ਨਗਾ ਤੇ ਉਹ ਪਹਿਲੀ ਦੇ ਕਿਤਾਬ ਪੜ੍ਹਨ ਲੱਗ ਗਏ। ਪਿਤਾ ਜੀ ਨੇ ਉਹਨਾਂ ਦੇ ਨੇ ਪੁੱਛਿਆ, ਰਾਜੇ ਨੇ ਬੁਲਾ ਕੇ, ਵੀ ਕਿੰਨਾ ਕੁ ਪੜ੍ਹ ਰਹੇ ਨੇ? ਕਹਿੰਦੇ ਜੀ ਬਾਕੀ ਸਭ ਠੀਕ ਚੱਲ ਰਹੇ ਨੇ, ਜੇ ਨਹੀਂ ਚੱਲ ਰਿਹਾ ਤਾਂ ਅਧਿਸ਼ਟ ਨਹੀਂ ਚੱਲ ਰਿਹਾ, ਉਹ ਇੱਕ ਰੁਕਿਆ ਬੈਠਾ, ਕ੍ਰੋਧ ਮਤ ਕਰੋ। ਗਾਂ ਕਹਿੰਦਾ ਨਹੀਂ, ਸਲਾਹ ਸਾਨੂੰ ਦਿੰਦਾ, ਕਹਿੰਦਾ ਮੇਰੇ ਤਾਂ ਪੱਕਿਆ ਹੀ ਨਹੀਂ। ਉਹਨੇ ਵੀ ਬੁਲਾ ਲਿਆ, ਸਾਰਿਆਂ ਨੇ ਕਿਤਾਬਾਂ ਪੜ੍ਹੀਆਂ ਜਿੰਨੇ ਬੁਲਾਏ ਬੱਚੇ, ਇਹਨੂੰ ਜਦ ਬੁਲਾਇਆ ਕ੍ਰੋਧ ਮਤ ਕਰੋ ਤੇ ਆ ਕੇ ਰੁਕ ਗਿਆ। ਕਹਿੰਦਾ ਗਾਂ ਚੱਲ, ਕਹਿੰਦਾ ਮੇਰੇ ਤਾਂ ਇਹ ਯਾਦ ਹੀ ਨਹੀਂ ਹੋਇਆ। ਕਹਿੰਦਾ ਤੇਰੇ ਯਾਦ ਤਾਂ ਹੈਗੀ? ਕਹਿੰਦਾ ਨਾ, ਮੇਰੇ ਨਹੀਂ ਯਾਦ। ਪਿਤਾ ਨੇ ਥੱਪੜ ਮਾਰਿਆ ਮੂੰਹ 'ਤੇ, ਚੁੱਪ ਕਰਕੇ ਦੂਸਰੇ ਪਾਸੇ ਮਾਰਿਆ, ਫਿਰ ਚੁੱਪ ਕਰਕੇ, ਉਵੇਂ ਜਿਵੇਂ ਕੋਈ ਵੀ ਅਸਰ ਨਾ ਹੋਣ ਦਿੱਤਾ ਅੰਦਰ। ਕਹਿੰਦੇ ਹੁਣ ਪੱਕ ਗਿਆ ਮੇਰੇ, ਕਹਿੰਦੇ ਥੱਪੜ ਖਾ ਕੇ ਹੀ ਪੱਕਿਆ ਨਾ। ਕਹਿੰਦਾ ਇਹ ਸਬਕ ਜਿਹੜਾ ਸੀ ਇਹ ਥੱਪੜ ਖਾ ਕੇ ਹੀ ਪੱਕਣ ਵਾਲਾ ਸੀ, ਉਹ ਨਹੀਂ ਸੀ ਪੱਕਣ ਵਾਲਾ। ਉਹ ਤਾਂ ਮੈਂ ਜਾਣਦਾ ਕ੍ਰੋਧ ਮਤ ਕਰੋ, ਪਰ ਮੈਨੂੰ ਕੀ ਪਤਾ ਕ੍ਰੋਧ ਮੈਂ ਕਰਦਾ ਕਿ ਨਹੀਂ ਕਰਦਾ। ਹੁਣ ਤੁਸੀਂ ਥੱਪੜ ਮਾਰਿਆ, ਮੈਨੂੰ ਕ੍ਰੋਧ ਬਿਲਕੁਲ ਨਹੀਂ ਆਇਆ। ਇਹਨੂੰ ਕਹਿੰਦੇ ਨੇ ਬਾਣੀ ਨੂੰ ਕਮਾਉਣਾ। ਕਮਾਉਣੀ ਸਭ ਤੋਂ ਔਖੀ ਹੈ,
ਪੜ੍ਹ ਲੈਣੀ, ਵਿਚਾਰ ਲੈਣੀ, ਸ਼ੁੱਧ ਪੜ੍ਹ ਲੈਣੀ, ਸ਼ੁੱਧ ਵਿਚਾਰਨ ਕਰ ਲੈਣਾ, ਕੋਈ ਔਖੀਆਂ ਗੱਲਾਂ ਨਹੀਂ, ਬੜੀਆਂ ਸਿਖਾਲੀਆਂ ਬਾਤਾਂ। ਲੇਕਿਨ ਜਿੱਥੇ ਬਾਣੀ ਕਮਾਉਣੀ ਹੈ ਉਹ ਬਹੁਤ ਔਖੀ ਹੈ। ਪਰਤ ਰਿਹਾ ਰੂਪ ਨਾ ਪੇਖਾ ਨੇਤਰ, ਕਰਨਾ ਸੁਣੈ ਕਾਉ ਕੀ ਨਿੰਦਾ। ਸਾਰੇ ਕਮਾਉਣਾ ਹੀ ਹੈ ਸਾਰੀਆਂ ਚੀਜ਼ਾਂ। ਇਹ ਬਹੁਤ ਔਖੀ ਚੀਜ਼ ਹੈ। ਜਦੋਂ ਕਮਾ ਲੈਂਦਾ ਹੈ ਫਿਰ ਉਹਨੂੰ ਕੀ ਮਿਲਦਾ ਹੁੰਦਾ? ਉਹ ਪਹਿਲਾਂ ਮੰਨਦਾ ਹੈ, ਮੰਨ ਕੇ ਕਮਾਉਂਦਾ, ਪਹਿਲਾਂ ਵਿਚਾਰਦਾ, ਵਿਚਾਰ ਕੇ ਫਿਰ ਉਹ ਗੱਲ ਨੂੰ ਤੱਤ ਮੰਨਦਾ, ਤੱਤ ਮੰਨ ਕੇ ਫਿਰ ਕਮਾਉਂਦਾ। ਜਦੋਂ ਕਮਾਉਂਦਾ ਫਿਰ ਉਹਨੂੰ ਪ੍ਰਾਪਤੀ ਹੋ ਜਾਂਦੀ ਹੈ। ਪ੍ਰਾਪਤੀ ਹੁੰਦੀ ਕਾਹਦੀ ਹੈ? ਕਹਿੰਦੇ ਮੁਕਤੀ ਦਾ ਦਰਵਾਜ਼ਾ ਉਹਦੇ ਵਾਸਤੇ ਖੁੱਲ ਜਾਂਦਾ ਹੈ। ਪੜ੍ਹ ਲਓ, ਪਾਵੇ ਮੁਖ ਦਵਾਜ ਜੇ ਮਨ ਪਰਵਾਰ ਹੈ ਸਭ ਮੰਨੈ ਤਰੈ ਤਾਰੈ ਗੁਰਸਿੱਖ ਮੰਨੈ ਨਾਨਕ ਪਵੈ ਨਾ ਪੋਇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋ। ਪਹਿਲਾਂ ਮਨ ਮੰਨਦਾ ਫਿਰ ਬਾਣੀ ਕਵਾਈ ਜਾਂਦੀ ਹੈ। ਜਿੰਨਾ ਚਿਰ ਮਨ ਨਹੀਂ ਮੰਨਦਾ ਉਨਾ ਚਿਰ ਅੱਗੇ ਚੱਲਦਾ ਹੀ ਨਹੀਂ। ਮੰਮਾ ਮਨ ਸਿਓ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਓ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਸੋ ਮਹਾਰਾਜ ਕਹਿੰਦੇ ਪ੍ਰੇਮੀਆਂ ਬਾਣੀ ਪੜ੍ਹਨੀ ਹੈ, ਪੜ੍ਹਨੀ ਹੈ ਵਿਚਾਰ ਕੇ, ਵਿਚਾਰ ਕੇ ਫਿਰ ਮਨ ਨੂੰ ਮਨਾਉਣਾ, ਮਨ ਨੂੰ ਮਨਾ ਕੇ ਫਿਰ ਬਾਣੀ ਨੂੰ ਕਮਾਉਣਾ, ਫਿਰ ਮੁਕਤੀ ਦੀ ਪ੍ਰਾਪਤੀ ਹੋ ਜਾਏਗੀ। ਕਿਉਂਕਿ ਇਹ ਬਾਣੀ ਤੁਰ ਦਰਗਾਹ ਦੀ ਆਈ ਹੈ। ਵਿਚਾਰ ਆਉਂਦੀ ਹੈ ਕਿ ਪੂਰਾ ਥਾਠ ਬਣਾਇਆ ਪੂਰੇ, ਵੇਖੋ ਏਕ ਸਮਾਨ, ਆਹ ਸਾਰੀ ਸ੍ਰਿਸ਼ਟੀ ਵਾਹਿਗੁਰੂ ਨੇ ਰਚੀ ਹੈ। ਇਸ ਪਰਮੰਚ ਮੈਂ ਸੱਚੇ ਨਾਮ ਕੀ ਵਡਿਆਈ, ਇਹਦੇ ਵਿੱਚ ਵਡਿਆਈ ਕਿਹੜੀ ਚੀਜ਼ ਦੀ ਹੈ? ਸੱਚੇ ਨਾਮ। ਸਤਿਗੁਰ ਕੀ ਜਿਸ ਨੂੰ ਮੱਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਜਿਹਨੂੰ ਮੱਤ ਆ ਜਾਂਦੀ ਹੈ ਗੁਰੂ ਦੀ, ਗੁਰਮਤ ਨੂੰ ਧਾਰਨ ਕਰ ਲੈਂਦਾ, ਉਹ ਗੁਰੂ ਦੇ ਦੇਸ਼ ਵਿੱਚ ਜਾ ਕੇ ਸਮਾਈ ਕਰ ਲੈਂਦਾ। ਇਹ ਬਾਣੀ ਜੋ ਜੀਓ ਜਾਣੇ, ਇੱਕ ਤਾਂ ਉੱਪਰੋਂ ਉੱਪਰੋਂ ਜਾਣਦੇ ਨੇ, ਇੱਕ ਹਿਰਦੇ ਤੋਂ ਜਾਣਦੇ ਨੇ। ਜਿਹੜੀ ਧੁੱਖ ਪੜ੍ਹਦੇ ਨੇ ਉਹਦੇ ਉੱਤੋਂ ਦੀ ਲੰਘ ਨਹੀਂ ਸਕਦੇ। ਕਹਿੰਦੇ ਉਹਨਾਂ ਨੂੰ ਕੀ ਪ੍ਰਾਪਤ ਹੁੰਦਾ? ਤਿਸ ਅੰਤਰ ਰਵੈ ਹਰਨਾਮਾ, ਉਹਦੇ ਅੰਦਰ ਪਰਮੇਸ਼ੁਰ ਦੇ ਨਾਮ ਰਮ ਜਾਂਦੇ। ਸੋ ਬਾਣੀ ਕਹਿੰਦੀ ਹੈ ਕਿ ਚੌ ਜੁਗਾ ਕਾ ਹੁਣ ਨਵੇੜਾ, ਨਰ ਮਨੁੱਖਾਂ ਨੂੰ ਏਕ ਨਦਾ। ਸਤਿਯੁਗ ਦੇ ਵਿੱਚ ਭਗਤੀ ਕਰਨ, ਤਪੱਸਿਆ ਕਰਨ ਵਾਲੇ, ਸਤ ਬੋਲਣ ਵਾਲੇ ਮੁਕਤੀ ਪ੍ਰਾਪਤ ਨਾ ਕਰ ਸਕੇ, ਤ੍ਰੇਤੇ ਜਾ ਕੇ ਤਪ ਕਰਦੇ, ਦੁਆਪੁਰ ਵਿੱਚ ਆ ਕੇ ਪੂਜਾ ਵਗੈਰਾ ਕਰਦੇ ਰਹੇ। ਹੁਣ ਕਲਯੁਗ 'ਚ ਫੇਰ ਆ ਗਏ ਨੇ ਅਤੇ ਮਹਾਰਾਜ ਕਹਿੰਦੇ ਹੁਣ ਤੁਹਾਡੇ ਤਰਨ ਦਾ ਸਮਾਂ ਆ ਗਿਆ ਅਤੇ ਇੱਕ ਖਜ਼ਾਨਾ ਹੈ, ਹੁਣ ਨਵੇੜਾ ਹੋਣਾ। ਜਤ ਸੰਜਮ ਤੀਰਥ ਉਹਨਾਂ ਯੁੱਗਾਂ ਦਾ ਧਰਮ ਹੈ, ਇਹ ਤਾਂ ਧਰਮ ਸੀਗੇ ਉਹਨਾਂ ਯੁੱਗਾਂ। ਹੁਣ ਜਿਹੜਾ ਕਲਯੁੱਗ ਦਾ ਕਲਮ ਹੈ ਕੀਰਤ ਹਰਨਾਮਾ, ਇੱਕ ਚਿੱਤ ਹੋ ਕੇ ਹਰੀ ਦੇ ਜਸ 'ਚ ਕੀਰਤਨ ਕਰਨਾ ਅਤੇ ਪਰਮੇਸ਼ੁਰ ਦੇ ਨਾਮ ਦੇ ਵਿੱਚ ਸੁਰਤੀ ਜੋੜਨੀ। ਯੁੱਗ ਯੁੱਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਣ, ਚਾਰੇ ਯੁੱਗਾਂ ਦਾ ਆਪਣਾ ਆਪਣਾ ਧਰਮ ਹੈ। ਕਹਿੰਦੇ ਵੇਦ ਪੜ੍ਹ ਕੇ ਦੇਖ ਲਓ, ਪੁਰਾਣ ਪੜ੍ਹ ਕੇ ਦੇਖ ਲਓ, ਗੁਰਮੁਖ ਜਿੰਨੀ ਧਿਆਇਆ ਹਰ ਹਰ ਜਗ ਤੇ ਪੂਰੇ ਪ੍ਰਵਾਨ, ਕਹਿਤ ਨਾਨਕ ਸੱਚੇ ਸਿਉਂ ਪ੍ਰੀਤ ਲਾਏ, ਚੁੱਕੈ ਮਨ ਬਵਾਨਾ, ਕਹਿਤ ਸੁਨਤ ਸਭੇ ਸੁਖ ਪਾਵੇ, ਮਾਨਤ ਪਾਏ ਨਦਾਨਾ। ਜਿਹੜੇ ਮੰਨ ਜਾਂਦੇ ਨੇ ਕਹਿੰਦੇ ਉਹਨਾਂ ਨੂੰ ਖਜ਼ਾਨੇ ਦੀ ਪ੍ਰਾਪਤੀ ਹੋ ਜਾਂਦੀ ਹੈ ਨਾਮ ਦੀ।
ਸੋ ਮਹਾਰਾਜ ਕਹਿੰਦੇ ਇਸ ਤਰ੍ਹਾਂ ਦੇ ਨਾਲ ਬਾਣੀ ਪੜ੍ਹਨੀ ਹੈ ਅਤੇ ਜਪਜੀ ਸਾਹਿਬ ਦੇ ਜਿੰਨੇ ਪਾਠ ਤੇਤੇ ਹੋ ਸਕਣ ਕਰਦਾ ਰਿਹਾ ਕਰ ਰੋਜ਼ ਅਤੇ ਪਾਠ ਵਿਚਾਰ ਕੇ ਕਰ। ਜਪਜੀ ਸਾਹਿਬ ਦੇ ਅੰਦਰ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਸ਼ਾਮਿਲ ਹੈ, ਜਿਹਨੂੰ ਜਪਜੀ ਸਾਹਿਬ ਸਮਝ 'ਚ ਆ ਗਿਆ ਉਹਨੇ ਗੁਰੂ ਗ੍ਰੰਥ ਸਾਹਿਬ ਸਮਝ। ਜਪ ਮੂਲ ਮੰਤਰ ਦੇ ਅੰਦਰ ਸਾਰਾ ਜਪਜੀ ਸਾਹਿਬ ਹੈ ਅਤੇ ਵਾਹਿਗੁਰੂ ਮੰਤਰ ਦੇ ਅੰਦਰ ਏਕ ਓਂਕਾਰ ਦੇ ਅੰਦਰ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਹੈ। ਇੱਕ ਅੱਖਰ ਦੇ ਵਿੱਚ ਸਭ ਕੁਛ ਆ ਗਿਆ। ਜਿਹੜਾ ਇੱਕ ਅੱਖਰ ਨੂੰ ਜਾਣ ਗਿਆ, ਜਿਹੜਾ ਸਮਝ ਗਿਆ, ਉਹ ਮੁੜ ਕੇ ਨਹੀਂ ਜੰਮਦਾ ਮਰਦਾ। ਇੱਕ ਅੱਖਰ ਬਾਰੇ ਮਹਾਰਾਜ ਨੇ ਬੜਾ ਗੁਰਬਾਣੀ 'ਚ ਆਉਂਦਾ, ਇੱਕ ਅੱਖਰ ਦੀ ਉਹ ਵਿਆਖਿਆ। ਇੱਕ ਸ਼ਬਦ ਵੀ ਇਸ ਨੂੰ ਕਿਹਾ, ਇੱਕ ਸ਼ਬਦ ਮੇਰੇ ਪ੍ਰਾਣ ਵਸਦਾ ਹੈ ਬਹੁਤ ਜਨਮ ਨਾਲ। ਸੋ ਇਸ ਤਰ੍ਹਾਂ ਕਹਿੰਦੇ ਇਹ ਜਿਹੜੀ ਬਾਣੀ ਹੈ ਇਹ ਕੋਈ ਫਿੱਕੀ ਚੀਜ਼ ਨਹੀਂ, ਜਿਉਂ ਜਿਉਂ ਪੜ੍ਹੇਗਾ ਸਾਚੀ ਬਾਣੀ ਮਿੱਠੀ ਅੰਮ੍ਰਿਤ ਤਾਰ, ਜਿਨ ਪੀਤੀ ਤਿਸ ਮੋਖ ਦੁਆਰ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਵਿਖਾਨੀ। ਇਹ ਤਾਂ ਵਾਹਿਗੁਰੂ ਤੋਂ ਸੰਤਾਂ ਦੀ ਰਸਨਾ ਤੋਂ ਹੋ ਕੇ ਪ੍ਰਗਟ ਹੋਈ ਹੈ ਅਤੇ ਜਨਮਾਂ ਜਨਮਾਂ ਦੀ ਮੈਲ ਨੂੰ ਦੂਰ ਕਰਦੀ ਹੈ। ਜਨਮ ਜਨਮ ਕੀ ਇਸ ਮਨ ਕੋ ਮਨ ਲਾ ਕੀ, ਕਾਲਾ ਹੋਇਆ ਸਿਆਹ, ਕਾਲਾ ਸਿਆਹ ਹੋਇਆ ਪਿਆ, ਖੰਲੀ ਧੋਤੀ ਉਜਲੀ ਨਾ ਹੋਬੜੀ, ਜੇ ਸੌ ਧੋਬਣ ਪਾ। ਨਾ ਤੀਰਥ ਕਰਨ ਨਾਲੇ ਉਜਲੀ ਹੁੰਦੀ ਹੈ, ਨਾ ਜਪ ਕਰਨ ਨਾਲ, ਨਾ ਦਾਨ ਕਰਨ ਨਾਲ, ਨਾ ਪਾਠ ਕਰਨ ਨਾਲ, ਕਿਸੇ ਚੀਜ਼ ਨਾਲ ਉਜਲੀ ਨਹੀਂ ਹੁੰਦੀ। ਇਹ ਤਾਂ ਉਜਲੀ ਹੁੰਦੀ ਹੈ ਵੀ ਗੁਰੂ ਮਿਲ ਜਾਵੇ, ਜੀਵਤ ਭਾਵ ਤੋਂ ਮਰ ਜਾਵੇ। ਗੁਰਪ੍ਰਸ਼ਾਦੀ ਜੀਵਤ ਮਰੈ, ਉਲਟੀ ਹੋਵੇ ਮਤ ਬਦਲਾਓ, ਨਾਨਕ ਮੈਲ ਨਾ ਲੱਗੇ ਨਾ ਫਿਰ ਜੋਨੀ ਪਾਓ, ਫਿਰ ਉਹ ਜੰਮਦਾ ਮਰਦਾ। ਸੋ ਇਹ ਮਨ ਨੂੰ ਸੁਧਾਰਨ ਵਾਸਤੇ ਮਨ ਕੇ ਅੱਧ ਕਦਰੰਗ ਹੈ, ਕਿਉਂ ਦਰ ਸਾਹਿਬ ਛੁੱਟੀ ਹੈ। ਜੇ ਰਾਚੇ ਸੱਚ ਰੰਗ ਗੂੜੇ ਰੰਗ ਵਪਾਰ ਕੇ, ਨਾਨਕ ਗੁਰਪ੍ਰਸ਼ਾਦੀ ਛੁੱਟੀ ਹੈ। ਜੇ ਚਿੱਤ ਲੱਗਾ ਸੱਚ, ਜੇ ਸੱਚ ਨਾਲ ਚਿੱਤ ਲੱਗ ਜਾਵੇ ਤਾਂ ਮਾਇਆ ਦੀਆਂ ਲਹਿਰਾਂ ਦੇ ਵਿੱਚੋਂ ਆਦਮੀ ਨਿਕਲ ਜਾਇਆ ਕਰ। ਸੋ ਇਹ ਮਨ ਜਿਹੜਾ ਹੈ ਇਹ ਵੱਡਾ ਹੋਇਆ ਹੋਇਆ, ਹਾਥੀ ਵਰਗਾ ਹੋਇਆ ਹੋਇਆ, ਮੈਲਾ ਹੋਇਆ ਹੋਇਆ। ਮਨ ਮੈਂਗਲ ਸਾਕਤ ਦੇ ਮਨ, ਜਿਹੜੇ ਪਰਮੇਸ਼ੁਰ ਨੂੰ ਮੰਨਦੇ ਨਹੀਂ। ਮਹਾਰਾਜ ਕਹਿੰਦੇ ਪਹਿਲਾਂ ਤਾਂ ਉਹ ਦੀਵਾਨੇ ਨੇ, ਫਿਰ ਉਹਨਾਂ ਦਾ ਜਿਹੜਾ ਮਨ ਹੈ ਉਹ ਹਾਥੀ ਵਰਗਾ ਹੋਇਆ ਹੋਇਆ। ਮਨ ਖੰਡ ਮਾਇਆ ਮਾਏ ਹੈਰਾਨ, ਅਤੇ ਮਾਇਆ ਦੇ ਮਨ ਵਿੱਚ ਇਹ ਮਨ ਘੁੰਮਦਾ ਘੁੰਮਦਾ ਹੈਰਾਨ ਪਰੇਸ਼ਾਨ ਹੋਇਆ। ਇਹ ਤੂੰ ਜਾਗ ਜਾਹੇ ਕਾਲ ਕੇ ਜਾਪੇ, ਗੁਰਮੁਖ ਖੋਜ ਲੈ ਘਰ ਆਪੇ। ਇਹ ਕਾਲ ਦੀਆਂ ਬੁਰਕੀਆਂ ਨੇ, ਜੋ ਗੁਰਮੁਖ ਨੇ ਉਹ ਆਪਣੇ ਘਰ ਵਿੱਚ ਚਲੇ ਜਾਂਦੇ ਨੇ ਬਾਣੀ ਦੇ ਅਸਰ ਦੇ ਨਾਲ। ਬਿਨ ਗੁਰ ਸ਼ਬਦ ਹੈ ਮਨ ਨਹੀਂ ਠੌਰ, ਜਿੰਨਾ ਚਿਰ ਸ਼ਬਦ ਦੀ ਪ੍ਰਾਪਤੀ ਅੰਦਰ ਨਹੀਂ ਹੁੰਦੀ ਉਨਾ ਚਿਰ ਮਨ ਠੌਰ ਨਹੀਂ ਫੜਦਾ। ਸਿਮਰੋ ਰਾਮ ਨਾਮ ਮਤ ਨਿਰਮਲ, ਅਵਰ ਤਿਆਗੋ ਹੋਮ ਮੈਂ ਕੌਰ। ਸੋ ਮਹਾਰਾਜ ਨੇ ਬਹੁਤ ਵਿਸਥਾਰ ਦੇ ਨਾਲ ਭਾਈ ਗੁਜਰ ਨੂੰ ਸਮਝਾਇਆ ਕਿ ਭਾਈ ਗੁਜਰ ਇਹ ਬਾਣੀ ਨੂੰ ਤੂੰ ਪੜ੍ਹ, ਇਹ ਤੇਰੇ ਮਨ ਦੀ ਮੈਲ ਕੱਟੇਗਾ। ਮਨ ਦੀ ਮੈਲ ਕੱਟਣ ਦਾ ਹੋਰ ਕੋਈ ਤਰੀਕਾ ਨਹੀਂ ਹੈ। ਇਸ ਤਰ੍ਹਾਂ ਨਾਲ ਸਵਾਲ ਹੁੰਦਾ, ਪੜ੍ਹੋ ਪਿਆਰ ਨਾਲ। ਕਿਵੇਂ ਉਤਰੇ ਜੀ ਮਨ ਮੈਂ ਮੈਲ ਮਨ ਦੀ, ਸਭ ਕਿਤੇ
ਜਿੰਨਾ ਚਿਰ ਮਨ ਮੈਲ ਹੈ ਉਨਾ ਚਿਰ ਅੰਦਰ ਨਾਮ ਦਾ ਨਿਵਾਸ ਨਹੀਂ ਹੋਇਆ ਕਰ। ਮਨ ਨੂੰ ਅਨੇਕ ਕਿਸਮ ਦੀ ਮੈਲ ਹੋਣ ਲੱਗ ਰਹੀ ਹੈ। ਪਹਿਲਾਂ ਵੀ ਜਨਮ ਜਨਮ ਕੀ ਇਸ ਮਨ ਕੋ ਮਾਲਾ ਕੀ, ਕਾਲਾ ਹੋਇਆ ਸਿਆਹ, ਖਨਲੀ ਧੋਤੀ ਉੱਜਲ ਨਾ ਹੋਵੇ। ਜੇ ਸੌ ਧੋ ਸੌ ਵਾਰੀ ਧੋ ਲੈ ਤਾਂ ਵੀ ਕਹਿੰਦੇ ਉਜਲੀ ਨਹੀਂ ਹੁੰਦੀ। ਫਿਰ ਸਵਾਲ ਹੁੰਦਾ ਵੀ ਕੋਈ ਤਰੀਕਾ ਹੈ ਫਿਰ ਮਨ ਦੀ ਮੈਲ ਲਾਉਣ ਦਾ? ਮਹਾਰਾਜ ਕਹਿੰਦੇ ਮਨ ਮੈਲ ਆ, ਸਭ ਕੁਛ ਮੈਲ। ਜਿੰਨਾ ਜੀ ਕਰਦਾ ਗੰਗਾ 'ਚ ਇਸ਼ਨਾਨ ਕਰ ਲੈ ਸੈਂਕੜੇ ਵਾਰ। ਇਹ ਗੱਲ ਕਬੀਰ ਸਾਹਿਬ ਸਾਧੂਆਂ 'ਚ ਕਰ ਰਹੇ ਸੀ ਕਿ ਗੰਗਾ ਦਾ 18 ਤੀਰਥਾਂ ਦਾ ਇਸ਼ਨਾਨ ਜਿਹੜਾ ਹੈ ਉਹ ਮਨ ਦੀ ਮੈਲ ਦੂਰ ਨਹੀਂ ਕਰ ਸਕਦਾ। ਹੋ ਸਕਦਾ ਕਿਸੇ ਪਾਣੀ ਵਿੱਚ ਖੂਬੀ ਹੋਵੇ, ਕਿਤੇ ਕਾਪਰ ਦਾ ਪਾਣੀ ਹੋਵੇ, ਕਿਤੇ ਗੰਧਕ ਦਾ ਪਾਣੀ ਹੋਵੇ, ਕਿਤੇ ਹੋਰ ਕੈਮੀਕਲ ਦਾ ਪਾਣੀ ਹੋਵੇ, ਦਵਾਈਆਂ ਦੂਰ ਬਿਮਾਰੀਆਂ ਦੂਰ ਕਰ ਦੇਵੇ, ਸਕਿਨ ਦੀ ਬਿਮਾਰੀ ਨੂੰ ਦੂਰ ਕਰ ਦੇਵੇ, ਇਹ ਤਾਂ ਹੋ ਸਕਦਾ। ਪਰ ਮਨ ਦੀ ਮੈਲ ਲਾਉਣ ਨੂੰ ਤਾਂ ਤੀਰਥ ਸਮਰੱਥ ਨਹੀਂ ਹੈਗੀ। ਉਹ ਤਾਂ ਆਪ ਮੈਲੇ ਹੋ ਜਾਂਦੇ ਨੇ ਜਦੋਂ ਮੈਲੇ ਹੁੰਦੇ ਨੇ। ਗੰਗਾ ਜਮਨਾ ਗੋਦਾਵਰੀ ਸ੍ਰਿਸ਼ਟੀ ਅਤੇ ਕਰੇ ਉਦਮ ਸੂ ਧੂਰ ਸਾਧੂ ਕੀ ਥਾਈ, ਕਿਲ ਵਿੱਚ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗੁਆਏ। ਫਿਰ ਉਹ ਪੁਕਾਰਾਂ ਕਰਦੇ ਨੇ, ਹੇ ਪ੍ਰਭੂ ਕੋਈ ਆਪਣੇ ਨਾਲ ਜੁੜਿਆ ਹੋਇਆ ਪ੍ਰੇਮ ਭੇਜ, ਉਹ ਆ ਕੇ ਸਾਡੇ ਵਿੱਚ ਇਸ਼ਨਾਨ ਕਰੇ ਅਤੇ ਸਾਡੀ ਮੈਲ ਕੱਟ ਦੇਵੇ। ਕਿਉਂਕਿ ਉਹ ਨਿਰਮਲ ਹੈ, ਨਿਰਮਲ ਨੂੰ ਮੈਲ ਨਹੀਂ ਲੱਗਦੀ, ਉਹ ਨਿਰਮਲ ਦੂਸਰਿਆਂ ਦੀ ਮੈਲ ਦੂਰ ਕਰਨ ਨੂੰ ਸਮਰੱਥ ਹਨ। ਕਹਿੰਦੇ ਤੀਰਥ ਆਪ ਮੈਲੇ ਨੇ। ਸਾਧੂਆਂ ਨੇ ਇਸ ਗੱਲ ਦੇ ਉੱਤੇ ਥੋੜ੍ਹੀ ਜ਼ਿੱਦ ਕਰੀ, ਕਹਿਣ ਲੱਗੇ ਨਹੀਂ ਮਹਾਰਾਜ, ਤੀਰਥਾਂ ਦਾ ਮਹਾਤਮ ਬੜਾ ਲਿਖਿਆ ਹੋਇਆ ਵੇਦਾਂ ਸ਼ਾਸਤਰਾਂ ਦੇ ਅੰਦਰ, ਅਤੇ ਇਹ ਤਾਂ ਨਿਰਮਲ ਕਰ ਦਿੰਦੀ ਹੈ, ਨਿਰਮਲ ਬੁੱਧੀ ਹੋ ਜਾਂਦੀ ਹੈ। ਕਹਿੰਦੇ ਅਸੀਂ ਤਾਂ ਨਹੀਂ ਮੰਨਦੇ। ਕਬੀਰ ਸਾਹਿਬ ਕੋਲ ਤੁੰਬੀ ਪਈ ਸੀ, ਕੌਲ ਤੁੰਬੀ, ਕਹਿਣ ਲੱਗੇ ਵੀ ਆ ਲੈ ਜਾਓ ਤੁਸੀਂ, ਅਤੇ ਇਹਨੂੰ ਚੰਗੀ ਤਰ੍ਹਾਂ ਮਲ ਮਲ ਕੇ ਨਲਾ ਕੇ ਲਿਆਇਓ ਤਾਂ ਕਿ ਇਹ ਪਵਿੱਤਰ ਹੋ ਜਾ। ਸਾਧੂ ਗਏ ਸਾਲ ਭਰ ਬਾਹਰ ਤੀਰਥਾਂ 'ਤੇ ਇਸ਼ਨਾਨ ਕਰਦੇ ਰਹੇ। ਜਿੱਥੇ ਜਾਂਦੇ ਸੀ ਤੂੰਬੀ ਨੂੰ ਮਲ ਮਲ ਕੇ ਨਲਾਉਂਦੇ ਸੀ। ਜਦੋਂ ਵਾਪਸ ਆ ਗਏ ਕਾਸ਼ੀ ਦੇ ਅੰਦਰ, ਕਬੀਰ ਸਾਹਿਬ ਕੋਲ ਲਿਆ ਕੇ ਤੂੰਬੀ ਮੋੜ ਕੇ, ਕਹਿੰਦੇ ਲਓ ਮਹਾਰਾਜ ਇਹ ਤਾਂ ਹੁਣ ਸ਼ੁੱਧ ਅਤੇ ਪਵਿੱਤਰ ਬਣ ਗਈ। ਹੁਣ ਤਾਂ ਇਹਦੇ ਦਰਸ਼ਨ ਵੀ ਪਵਿੱਤਰ ਨੇ ਕਿਉਂਕਿ ਇਹਨੇ 68 ਤੀਰਥਾਂ ਦਾ ਇਸ਼ਨਾਨ ਕਰ ਲਿਆ। ਕਬੀਰ ਸਾਹਿਬ ਕਹਿਣ ਲੱਗੇ ਫਿਰ ਐਸੀ ਪਵਿੱਤਰ ਨੂੰ ਤਾਂ ਸਾਰਿਆਂ ਨੂੰ ਵੰਡ ਕੇ ਦੇਣਾ ਚਾਹੀਦਾ। ਕਬੀਰ ਸਾਹਿਬ ਨੇ ਤੂੰਬੀ ਭਰ ਲਈ, ਥੋੜ੍ਹਾ ਥੋੜ੍ਹਾ ਪ੍ਰਸ਼ਾਦ ਸਾਰਿਆਂ ਦੇ ਹੱਥੇ ਰੱਖਤਾ। ਕਹਿੰਦੇ ਲਓ ਛਕੋ ਮਹਾਂਪੁਰਸ਼ੋ, ਇਹ ਤਾਂ ਬਹੁਤ ਪਵਿੱਤਰ ਚੀਜ਼ ਹੈ ਸਾਡੇ ਅੰਦਰ ਜਿਹੜੀ ਜਾਣੀ, ਕਿਉਂਕਿ 68 ਤੀਰਥਾਂ ਦਾ ਇਹਨੇ ਇਸ਼ਨਾਨ ਕਰਿਆ। ਜਿਹੜਾ ਮੂੰਹ 'ਚ ਪਾਉਂਦਾ ਤੂੰਬੀ ਕੌੜੀ ਪਈ ਹੈ, ਨੌਵੇਂ ਕੌੜ ਤੂੰਬਾ ਉਹਦਾ। ਉਸ ਵੇਲੇ ਕੋਈ ਖਾਂਦਾ ਨਹੀਂ, ਕਹਿਣ ਲੱਗੇ ਕੀ ਗੱਲ ਤੁਸੀਂ ਖਾਂਦੇ ਨਹੀਂ ਭਾਈ? ਕਹਿੰਦੇ ਮਹਾਰਾਜ ਕੌੜੀ ਪਈ ਹੈ, ਇਹ ਤਾਂ ਖਾਧੀ ਨਹੀਂ ਜਾਂਦੀ। ਕਬੀਰ ਸਾਹਿਬ ਨੇ ਜਿਹੜੀ ਤੂੰਬੀ ਬਾਕੀ ਬਚਦੀ ਸੀ ਹੱਥ ਵਿੱਚ, ਉਹਨੂੰ ਸੰਬੋਧਨ ਕਰਕੇ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਨ, 68 ਤੀਰਥ ਨਾ ਕੇ ਤੂੰਬੀ ਅਜੇ ਵੀ ਰਹਿ ਗਈ। Thank you.
ਕੌਰਾਪਨ ਤਾਊ ਨਾ ਜਾਏ, ਕਹਿੰਦੇ ਅਜੇ ਵੀ ਕੜੱਤਣ ਨਹੀਂ ਜਾਈ ਸੰਤੋ, ਆਦਮੀ ਇਸ਼ਨਾਨ ਕਰ ਸਕਦਾ ਜਾ ਕੇ, ਤੀਰਥਾਂ ਦੇ ਦਰਸ਼ਨ ਕਰ ਸਕਦਾ, ਪਰ ਮਨ ਦੀ ਮੈਲ ਨਹੀਂ ਉਤਰਿਆ ਕਰਦੀ, ਉਹ ਤਾਂ ਹੋਰ ਲੱਭ ਜਾਂਦੀ ਹੈ। ਤੀਰਥ ਵਰ ਤਰ ਦਾਨ ਕਰ ਮਨਵੇਂ ਧਰੇ ਗਮਾਨ, ਗਮਾਨ ਦੀ ਮੈਲ ਲੱਗ ਜਾਂਦੀ ਹੈ, ਹੋਰ ਮੈਲਾ ਹੋ ਜਾਂਦਾ। ਸੋ ਮਹਾਰਾਜ ਕਹਿੰਦੇ ਜਿੰਨਾ ਚਿਰ ਮਨ ਮੈਲਾ, ਮਨ ਮੈਲਾ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ, ਤੈਨੂੰ ਧੋਈ ਜਾ ਚਾਹੇ ਹਜ਼ਾਰਾਂ ਵਾਰੀ ਤੀਰਥਾਂ 'ਚ ਜਾ ਕੇ ਨਾ ਲੈ, ਮਨ ਤਾਂ ਉੱਥੇ ਦਾ ਉੱਥੇ ਰਹਿੰਦਾ ਨਾ, ਇਹ ਤਾਂ ਬਦਲਦਾ ਨਹੀਂ ਹੈ। ਖੇਚਲ ਕਰਕੇ ਚਲਿਆ ਜਾ, ਪਹਾੜਾਂ 'ਚ ਚਲਿਆ ਜਾ, ਬਦਰੀ ਨਰਾਇਣ ਜਾ ਕੇ ਨਾ ਲੈ, ਬਰਫ਼ ਦੇ ਪਾਣੀਆਂ 'ਚ ਨਾ ਲੈ, ਅਮਰਨਾਥ ਦੀ ਗੁਫਾ 'ਚ ਚਲਿਆ ਜਾ, ਮਨ ਦਾ ਨਹੀਂ ਫਰਕ ਪਿਆ ਗਾ। ਇਹ ਜਗਤ ਭਰਮ ਭੁਲਾਇਆ ਬਿਰਲਾ ਬੂਝਾ ਕੋਈ, ਇਹ ਤਾਂ ਭਰਮ ਨੇ ਭੁਲਾਇਆ ਹੋਇਆ, ਭਰਮ ਨੇ ਮੈਲਾ ਕਰਿਆ ਹੋਇਆ। ਪੰਜ ਕਿਸਮ ਦੇ ਭਰਮ ਨੇ ਜਿਹਦੇ ਨਾਲ ਮਨ ਮੈਲਾ, ਅਤੇ ਉਹਦਾ ਇਲਾਜ ਮਹਾਰਾਜ ਕਹਿੰਦੇ ਜਪ ਮਨ ਮੇਰੇ ਤੂੰ ਏਕੋ ਨਾਮ, ਸਤਿਗੁਰ ਦੀਆ ਮੋਹ ਕੋ ਇਹ ਨਿਧਾਨ। ਬਾਕੀ ਜਿਹੜੇ ਕਰਮ ਨੇ ਕਹਿੰਦੇ ਸਿੱਧਾ ਕੇ ਆਸਣ ਜੇ ਸਿੱਖੈ, ਇੰਦਰੀ ਬਸ ਕਰ ਕਮਾਏ, ਮਨ ਕੀ ਮੈਲ ਨਾ ਉਤਰੈ ਹਉਮੈ ਮੈਲ ਨਾ ਜਾਏ। ਸਿੱਧਾਂ ਵਾਲੇ 84 ਆਸਣ ਕਰ ਲੈ, ਤਪ ਕਰ ਲੈ, ਇੰਦਰੀਆਂ ਨੂੰ ਬਸ ਵਿੱਚ ਕਰ ਲੈ, ਕਹਿੰਦੇ ਮਨ ਦੀ ਮੈਲ ਫੇਰ ਨਹੀਂ ਉਤਰਦੀ, ਹਉਮੈ ਦੀ ਮੈਲ ਲੱਗੀ ਹੋਈ ਨਹੀਂ ਜਾਂਦੀ ਕਿਸੇ ਨਾਲ। ਇਸ ਮਨ ਕੋ ਹੋਰ ਸੰਜਮ ਕੋ ਨਾਹੀ, ਬਿਨ ਸਤਿਗੁਰ ਕੀ ਸ਼ਰਨ ਆਏ, ਪੂਰਾ ਸਮਰੱਥ ਗੁਰੂ ਮਿਲ ਜਾਵੇ, ਉਹਦੀ ਸ਼ਰਨ ਇਹਨੂੰ ਪ੍ਰਾਪਤ ਹੋ ਜਾਵੇ। ਪੰਡਤ ਨਾਨਕ ਸਤਿਗੁਰ ਕੋ ਮਿਲ ਦੋ ਮਰੈ, ਜਦੋਂ ਸਤਿਗੁਰੂ ਨੂੰ ਮਿਲਿਆ, ਸਤਿਗੁਰੂ ਪਹਿਲਾਂ ਇਹ ਕਹਿੰਦਾ ਪਹਿਲਾਂ ਮਰਨ ਕਬੂਲ, ਜੀਵਨ ਕੀ ਸਾਡਾ ਹੋ ਸਮਨ ਕੀ ਰੇਣਕਾ, ਤਾਂ ਉਹ ਹਮਾਰੇ ਪਾਸ ਪਹਿਲਾਂ ਮਰਨਾ ਕਬੂਲ ਕਰ ਲੈ, ਹੰਗਤਾ ਦੀ ਜ਼ਿੰਦਗੀ 'ਚੋਂ ਮਰ ਜਾ, ਹੰਗਤਾ ਅਤੇ ਮਮਤਾ 'ਚੋਂ, ਅਤੇ ਆਤਮ ਭਾਵ ਦੇ ਵਿੱਚ ਜਿਉਂਦਾ ਹੋ ਜਾ। ਕਹਿੰਦੇ ਜਦੋਂ ਸਤਿਗੁਰੂ ਨੂੰ ਮਿਲਦਾ ਫਿਰ ਗੁਰ ਕਹਿ ਸ਼ਬਦ, ਫਿਰ ਜੀਵ ਹੈ ਕੋਈ, ਗੁਰੂ ਦੇ ਸ਼ਬਦ ਨਾਲ ਜਿਉਂਦਾ ਹੁੰਦਾ, ਮਮਤਾ ਕੀ ਮਲ ਉਤਰੈ, ਇਹ ਮਨ ਅੱਛਾ ਹੋਏ, ਇਹ ਮਮਤਾ ਦੀ ਮਲ ਇਸ ਤਰ੍ਹਾਂ ਨਾਲ ਉਤਰਦੀ ਹੈ ਅਤੇ ਮਨ ਦੀ ਮੈਲ ਧੋ ਜਾਂਦੀ। ਸੋ ਮਹਾਰਾਜ ਕਹਿੰਦੇ ਭਾਈ ਗੁਜਰ ਜੀ, ਬਾਣੀ ਜਿਹੜੀ ਹੈ ਭਰੀ ਹੈ ਮਤ ਪਾਪਾਂ ਕਹਿ ਸੰਗ, ਇਹ ਤੁਸੀਂ ਪੜ੍ਹੋਗੇ। ਕਹਿੰਦੇ ਮਤ ਜਿਹੜੀ ਹੈ ਪਾਪਾਂ ਦੇ ਨਾਲ ਭਰੀ ਹੋਈ, ਉਹ ਧੋਪੈ ਨਾਵਾਂ ਕਿ ਰੰਗ, ਨਾਮ ਦੇ ਪਿਆਰ ਵਿੱਚ ਆ ਕੇ ਜਦੋਂ ਤੂੰ ਨਾਮ ਜਪੇਗਾ ਪ੍ਰਭੂ ਦੇ ਪਿਆਰ ਵਿੱਚ ਆ ਕੇ, ਫਿਰ ਉਹ ਮੈਲ ਧੋਤੀ ਜਾਣੀ। ਸੋ ਇਹ ਜੋ ਬਾਣੀ ਹੈ ਇਹ ਸਾਰੇ ਸੰਕਟਾਂ ਦਾ ਨਾਸ਼ ਕਰਦੀ ਹੈ, ਸਾਰੀਆਂ ਕਾਮਨਾ ਪੂਰੀਆਂ ਕਰਦੀ ਹੈ, ਜੰਮਣ ਮਰਨ ਦੀ ਚਿੰਤਾ ਇਹਦਾ ਖਾਤਮਾ ਕਰਦੀ ਹੈ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ। ਬਾਣੀ ਤੁਰ ਦਰਗਾਹੋਂ ਆਈ ਦੁਖੜੇ ਦੂਰ ਕਰ,
ਤਿੰਨ ਸਗਲੀ ਚਿੰਤਾ ਹਟਾਈ, ਸਾਰੀਆਂ ਚਿੰਤਾ ਸਾਰਿਆਂ ਦੁੱਖਾਂ ਦਾ ਖਾਤਮਾ ਕਰਦੀ ਹੈ, ਸਾਰੇ ਕਲੇਸ਼ਾਂ ਦਾ ਖਾਤਮਾ ਕਰਦੀ ਹੈ, ਕਿਉਂਕਿ ਧੁਰਦੀ ਬਾਣੀ ਹੈ। ਆਪ ਨਿਰੰਕਾਰ ਦੇ ਦੇਸ਼ ਤੋਂ ਆਈ। ਬਹੁਤ ਸਾਰਿਆਂ ਦਾ ਪ੍ਰੇਮੀਆਂ ਨੂੰ ਇਸ ਗੱਲ ਦੀ ਸੋਝ ਹੀ ਨਹੀਂ ਆਉਂਦੀ ਵੀ ਇਹ ਕਿਸ ਤਰ੍ਹਾਂ ਧੁਰ ਦਰਗਾਹ ਤੋਂ ਆ ਗਈ। ਸਾਧ ਸਿੰਘ ਜੀ ਪਹਿਲਾਂ ਮਹਾਰਾਜ ਫਰਮਾਨ ਕਰਦੇ ਹਾਂ, ਭਾਈ ਗੁਰਦਾਸ ਜੀ ਖੋਲ੍ਹ ਕੇ ਦੱਸਦੇ ਨੇ ਉਸ ਨੂੰ ਕਿ ਨਿਰੰਕਾਰ ਅਕਾਰ ਕਰ ਏਕ ਅੰਕਾਰ ਅਪਾਰ ਸਵਾਇ। ਜਦੋਂ ਨਿਰੰਕਾਰ ਜੀ ਨੇ ਆ ਸ੍ਰਿਸ਼ਟੀ ਨੂੰ ਸਾਜਣਾ ਸੀ, ਉਸ ਵੇਲੇ ਆਪ ਦਾ ਨਾਮ ਜਿਹੜਾ ਸੀ ਉਹ ਏਕ ਅੰਕਾਰ ਪਿਆ। ਏਕ ਅੰਕਾਰੋਂ ਸ਼ਬਦ ਧੁਨ, ਓਂਕਾਰ ਅਕਾਰ ਪਾਇਆ, ਏਕ ਅੰਕਾਰ ਤੋਂ ਸ਼ਬਦ ਧੁਨ ਹੋਈ। ਉਹ ਜੋ ਸ਼ਬਦ ਧੁਨ ਹੈ ਉਸ ਸ਼ਬਦ ਨੇ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਤਾ। ਸ਼ਬਦ ਏ ਉਪਤ ਸ਼ਬਦ ਏ ਪਰਲੋ, ਉਹਦੇ ਨਾਲ ਉਤਪਤੀ ਹੁੰਦੀ ਹੈ, ਉਹਦੇ ਨਾਲ ਇਹ ਪਰਲੋ ਹੁੰਦੀ। ਓਂਕਾਰ ਬਰਮਾ ਉਤਪਤ, ਓਂਕਾਰ ਕੀ ਆ ਜਨ ਚਿਤ, ਸਾਰੀਆਂ ਚੀਜ਼ਾਂ ਓਂਕਾਰ ਸ਼ਬਦ ਨਾਲ ਹੋਈਆਂ ਅਤੇ ਓਂਕਾਰ ਦੇ ਬੇਅੰਤ ਰੂਪ ਧਾਰਨ ਕਰੇ। ਇੱਕ ਸ਼ੁੱਧ ਰੂਪ ਜਿਹੜਾ ਹੈ ਓਂਕਾਰ ਦਾ, ਆ ਜਿਹੜੇ ਸਾਡੇ ਸਰੂਪ ਨੇ ਇਹ ਸ਼ੁੱਧ ਬਣ ਗਏ, ਕਿਉਂਕਿ ਇਹਦੇ 'ਚ ਪ੍ਰਕਿਰਤੀ ਦੇ ਤਿੰਨ ਗੁਣ ਰਲ ਗਏ, ਰਜੋ ਗੁਣ, ਤਮੋ ਗੁਣ, ਸਦੋ ਗੁਣ। ਇਹ ਸਦੋ ਗੁਣ ਦੇ ਉੱਤੇ ਹੈ ਤੁਰੀਆ ਅਤੀਤ, ਅਤੀਤ ਤਿਰਗੁਣ ਅਤੀਤ ਕਹਿੰਦੇ ਨੇ ਇਸ ਨੂੰ। ਉਹ ਤਿਰਗੁਣ ਅਤੀਤ ਤਾਂ ਜਿਹੜੀ ਅਵਸਥਾ ਉਹ ਸ਼ੁੱਧ ਹੈ, ਜਿਹੜੀ ਤਿੰਨ ਗੁਣੀ ਮਾਇਆ ਦੇ ਨਾਲ ਰਲ ਕੇ ਹੈ ਉਹ ਸ਼ੁੱਧ ਹੋ ਗਈ। ਇਹ ਜਿਹੜੀ ਬਾਣੀ ਹੈ ਓਂਕਾਰ 'ਚੋਂ ਆਈ ਹੋਈ, ਪ੍ਰਥਮ ਓਂਕਾਰ ਤਿੰਨ ਕਹਾ ਸੋ ਧੁਨ ਪੂਰ ਜਗਤ ਮੋਹਰਾ, ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਨੇ ਕਿ ਪਹਿਲਾ ਸ਼ਬਦ ਨਿਰੰਕਾਰ ਨੇ ਦੱਸਿਆ ਤਾਂ ਜਾ ਨਹੀਂ ਸਕਦਾ ਵੀ ਕੀ ਕਿਸ ਤਰ੍ਹਾਂ ਦੀ ਧੁਨ ਹੈ, ਲੇਕਿਨ ਓਂਕਾਰ ਦੇ ਨਾਲ ਰਲਦਾ ਮਿਲਦਾ। ਉਹ ਧੁਨ ਸਾਰੇ ਸੰਸਾਰ ਦੇ ਅੰਦਰ ਪੂਰਨ ਹੋਈ ਹੈ। ਜਦੋਂ ਸੁਰਤੀ ਉਸ ਧੁਨ ਦੇ ਅੰਦਰ ਜੁੜ ਜਾਂਦੀ ਹੈ, ਉਸ ਵੇਲੇ ਨਿਰੰਕਾਰ ਦੇ ਨਾਲ ਸੁਰਤੀ ਜਾ ਜੁੜਦੀ ਹੈ। ਨਿਰੰਕਾਰ ਤੋਂ ਫਿਰ ਜਿਹੜੀ ਬਾਣੀ ਆਉਂਦੀ ਹੈ ਨਾ, ਉਹ ਫਿਰ ਅੱਖਰਾਂ ਦੇ ਵਿੱਚ ਆ ਕੇ ਪ੍ਰਗਟ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦਾ ਜੋ ਸਰੂਪ ਹੈ ਬਿਲਕੁਲ ਸ਼ੁੱਧ ਸਰੂਪ ਹੈ ਬਾਣੀ ਦਾ, ਨਿਰੰਕਾਰ ਦੀ ਆਪਣਾ ਹੀ ਪ੍ਰਗਟਾਵਾ ਹੈ। ਦਿਸ ਇਜ਼ ਆਲ ਮੈਨੀਫੈਸਟੇਸ਼ਨ ਆਫ ਨਿਰੰਕਾਰ, ਵਾਹਿਗੁਰੂ ਜੀ ਆਪ ਇਹ ਅੱਖਰਾਂ ਦੇ ਵਿੱਚ ਪ੍ਰਗਟ ਹੋ ਕੇ ਬੋਲ ਰਹੇ। ਸੋ ਜਦੋਂ ਇਹਨੂੰ ਅਸੀਂ ਪੜ੍ਹਦੇ ਹਾਂ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ, ਕਹਿੰਦੇ ਸੱਚੀ ਗੱਲ ਅਸੀਂ ਤੁਹਾਨੂੰ ਦੱਸਦੇ ਹਾਂ। ਸੋ ਮਹਾਰਾਜ ਕਹਿਣ ਲੱਗੇ ਭਾਈ ਇਸ ਤਰ੍ਹਾਂ ਤੂੰ ਬਾਣੀ ਨੂੰ ਪਿਆਰ ਦੇ ਨਾਲ ਸਮਝੀ, ਮੰਨੀ, ਫਿਰ ਉਹਨੂੰ ਫਿਰ ਮੰਨ ਕੇ ਜੀਵਨ ਦੇ ਅੰਦਰ ਕਮਾਈ, ਕਮਾਉਣ ਦੇ ਨਾਲ ਤੈਨੂੰ ਮੁਕਤੀ ਪ੍ਰਾਪਤ ਹੋਈ। ਸੋ ਅਗਲਾ ਜੋ ਹੈ ਕਰਮ ਉਹ ਅਸੀਂ ਤੈਨੂੰ ਦੱਸਦੇ ਹਾਂ ਕਿ ਸੰਸਾਰ ਦੇ ਅੰਦਰ ਚੰਦ ਦਿਨ ਰਹਿਣਾ। ਇੱਥੇ ਦੋ ਤਰ੍ਹਾਂ ਦੇ ਬੰਦੇ ਨੇ, ਚਾਰ ਤਰ੍ਹਾਂ ਦੇ ਵੈਸੇ ਲਿਖਿਆ, ਇੱਕ ਤਾਂ ਪਾਮਰ ਨੇ, ਇੱਕ ਵਿਸ਼ਈ ਨੇ ਜਿਹਨਾਂ ਨੂੰ ਭੋਗੀ ਕਹਿੰਦੇ ਨੇ, ਇੱਕ ਜਗਿਆਸੂ ਨੇ ਅਤੇ ਇੱਕ ਮੁਕਤ ਆਤਮਾਵਾਂ ਨੇ। ਜਿਹੜੇ ਤਾਂ ਪਾਮਰ ਨੇ ਉਹ ਪਰਮੇਸ਼ਰ ਵੱਲ ਲੱਗਦੇ ਹੀ ਨਹੀਂ, ਉਹਨਾਂ ਨੂੰ ਤਾਂ ਸੋਝ ਹੀ ਨਹੀਂ ਹੈ, ਪਸ਼ੂਆਂ ਨਾਲੋਂ ਥੋੜ੍ਹੀ ਜਿਹੀ ਬਿਰਤੀ ਉੱਚੀ ਹੁੰਦੀ ਹੈ, ਲੇਕਿਨ ਪਰਮੇਸ਼ਰ ਦੀ ਬਿਰਤੀ ਨਹੀਂ ਹੋਣਾ ਚਾਹੁੰਦੀ, ਦੁਨੀਆਂ ਦੀ ਹੋਏ, ਉਹ ਤਾਂ ਇਸ ਰਸਤੇ ਆਉਂਦੇ ਨੇ। ਦੂਸਰੇ ਹੁੰਦੇ ਨੇ ਵਾਸ਼ਨਾਵਾਂ ਦੇ ਬੰਨੇ ਹੋਏ ਬੰਦੇ, ਮੇਰਾ ਆਹ ਹੋ ਜਾਵੇ, ਮੇਰਾ ਆਹ ਹੋ ਜਾਵੇ, ਭੋਗਾਂ ਨੂੰ ਲੋਚਦੇ ਨੇ ਹਰ ਵਾਰ। ਉਹ ਜਿਹੜੇ ਭੋਗੀ ਨੇ ਪਹਿਲਿਆਂ ਨਾਲੋਂ ਚੰਗੇ ਨੇ, ਲੇਕਿਨ ਉਹ ਵੀ ਕੌਡੀਆਂ ਖਰੀਦਦੇ ਨੇ ਵੱਡੇ ਸ਼ਾਹ ਦੀ ਦੁਕਾਨ 'ਤੇ ਆ ਕੇ, ਜਿੱਥੇ ਲੱਭ ਭਰ ਭਰ ਕੇ ਮੋਤੀ ਦਿੰਦਾ, ਉਹ ਕੌਡੀਆਂ ਦੀ ਮੰਗ ਕਰਦੇ ਵੀ ਸਾਨੂੰ ਕੌਡੀਆਂ ਦੇ ਦਿਉ, ਕਿਉਂਕਿ ਸੋਝੀ ਨਹੀਂ ਉਹਨਾਂ ਨੂੰ। ਉਹ ਵਿਸ਼ਈ ਅਤੇ ਭੋਗੀ ਬੰਦੇ ਨੇ। ਤੀਸਰੇ ਹੈਗੇ ਜਗਿਆਸੂ, ਜਿਨ੍ਹਾਂ ਦੇ ਅੰਦਰ ਲਗਨ ਲੱਗ ਜਾਂਦੀ ਹੈ, ਜਗਿਆਸਾ ਆ ਜਾਂਦੀ ਹੈ, ਫਿਰ ਉਹ ਭਜਨ ਕਰਦੇ ਨੇ, ਗੁਰੂ ਵਾਲੇ ਬਣਦੇ ਨੇ, ਨਾਮ ਜਪਦੇ ਆ, ਸਤਸੰਗ 'ਚ ਆਉਂਦੇ ਨੇ, ਅਤੇ ਫਿਰ ਕਮਾਈ ਕਰ। ਚੌਥੇ ਮਹਾਰਾਜ ਕਹਿੰਦੇ ਭਾਈ ਮੁਕਤ ਆਤਮਾ। ਸੋ ਇਵੇਂ ਜਿਵੇਂ ਇਹਨਾਂ ਦੇ ਜੀਵਨ ਵੱਖਰੇ ਵੱਖਰੇ ਨੇ, ਇਸੇ ਤਰ੍ਹਾਂ ਕਈ ਸਿਆਣਿਆਂ ਨੇ, ਸਵਾਮੀ ਰਾਮ ਤੀਰਥ ਨੇ ਇੱਕ ਥਾਂ ਲਿਖਿਆ, ਦੱਸਿਆ ਅਮਰੀਕਾ ਦੇ ਅੰਦਰ ਕਿ ਚਾਰ ਕਿਸਮ ਦੇ ਬੰਦੇ ਨੇ। ਇੱਕ ਤਾਂ ਬੰਦੇ ਹੈਗੇ ਮੈਟਲ ਟਾਈਪ, ਜਿਵੇਂ ਮੈਟਲ ਧਾਤਾਂ ਨੇ ਜਿਹੜੀਆਂ, ਇਹਦਾ ਪਰਮਾਣੂ ਇੰਨਾ ਠੋਸ ਹੁੰਦਾ ਹੈ, ਬਹੁਤ ਨੇੜੇ ਘੁੰਮਦਾ। ਦੂਸਰੇ ਨੇ ਵੈਜੀਟੇਬਲ ਟਾਈਪ,
ਵੈਜੀਟੇਬਲ ਵਾਲੇ ਜਿਹੜੇ ਨੇ ਨੇੜੇ ਨੇੜੇ ਵੇਲ ਚੜ ਜਾਂਦੀ ਹੈ, ਦੂਰ ਨਹੀਂ ਬਹੁਤੀ ਜਾਂਦੀ, ਛੋਟਾ ਜਿਹਾ ਸਰਕਲ ਹੁੰਦਾ। ਤੀਸਰੇ ਐਨੀਮਲ ਟਾਈਪ ਨੇ, ਐਨੀਮਲ ਟਾਈਪ ਜਿਹੜੇ ਬੰਦੇ ਨੇ ਉਹ ਆਪਣੀ ਜਾਤ ਨੂੰ, ਆਪਣੇ ਗੋਤ ਨੂੰ, ਆਪਣੇ ਧਰਮ ਨੂੰ, ਇਹਨੂੰ ਤਾਂ ਚੰਗਾ ਕਹਿਣਗੇ, ਬਾਕੀ ਸਭ ਨੂੰ ਮਾੜਾ ਕਹਿਣਗੇ। ਕਹਿੰਦੇ ਉਹ ਵੀ ਪਸ਼ੂਆਂ ਵਰਗੇ ਹੁੰਦੇ ਨੇ, ਮੱਝਾਂ ਮੱਝਾਂ ਨੂੰ ਪਸੰਦ ਕਰਦੀਆਂ, ਗਾਈਆਂ ਗਾਈਆਂ ਨੂੰ, ਭੇਡਾਂ ਭੇਡਾਂ ਨੂੰ, ਬੱਕਰੀਆਂ ਬੱਕਰੀਆਂ ਨੂੰ। ਬੱਕਰੀ ਨੂੰ ਮੱਝ 'ਚ ਲਿਆ ਕੇ ਬੰਨ ਦੋ ਮੱਝਾਂ 'ਚ, ਉਹਦਾ ਜੀ ਨਹੀਂ ਲੱਗਦਾ, ਬੱਕਰੀਆਂ 'ਚ ਲੱਗੂਗਾ। ਇਹ ਕਹਿੰਦੇ ਸਾਰੇ ਐਨੀਮਲ ਟਾਈਪ ਬੰਦੇ ਹੁੰਦੇ। ਚੌਥੇ ਹੁੰਦੇ ਨੇ ਮੂਨ ਟਾਈਪ। ਮੂਨ ਜਿਵੇਂ ਧਰਤੀ ਦੇ ਦੁਆਲੇ ਘੁੰਮਦਾ ਹੈ, ਉਹ ਇਸ ਤਰ੍ਹਾਂ ਦੁਨੀਆ ਦਾ ਭਲਾ ਲੋਚਦੇ ਨੇ। ਉਹਨਾਂ 'ਚ ਦੋ ਕੈਟੇਗਰੀਆਂ ਨੇ, ਇੱਕ ਤਾਂ ਦੇਸ਼ ਭਗਤ ਹੁੰਦੇ ਨੇ, ਜਿਹੜਾ ਦੇਸ਼ ਭਗਤ ਹੈ ਉਹ ਆਪਣੇ ਦੇਸ਼ ਦਾ ਤਾਂ ਭਲਾ ਲੋਚਦਾ, ਦੂਏ ਦੇਸ਼ ਦਾ ਭਲਾ ਨਹੀਂ ਲੋਚਦਾ। ਇੱਕ ਹੁੰਦੇ ਨੇ ਇਹ ਤੋਂ ਸੁਪਰਮੈਨ, ਉਹ ਸਾਰੀ ਸ੍ਰਿਸ਼ਟੀ ਦਾ ਭਲਾ ਲੋਚਦੇ। ਸੋ ਮਹਾਰਾਜ ਕਹਿੰਦੇ ਦੋ ਕਿਸਮ ਦੇ ਵਿੱਚ ਵੰਡੇ ਜਾਂਦੇ ਨੇ, ਇੱਕ ਤਾਂ ਉਹ ਨੇ ਜਿਹੜੇ ਆਪਣੇ ਵਾਸਤੇ ਜਿਉਂਦੇ ਨੇ, ਦੂਸਰਾ ਚਾਹੇ ਉਹਨਾਂ ਕੋਲ ਮਰੀ ਜਾਵੇ ਉਹਨਾਂ ਨੇ ਧਿਆਨ ਨਹੀਂ ਦੇਣਾ। ਦੂਸਰੀ ਕੈਟੇਗਰੀ ਉਹ ਹੈ ਜਿਹੜੀ ਪਰਮੇਸ਼ੁਰ ਨੂੰ ਪਾਉਂਦੀ ਹੈ, ਉਹ ਨੇ ਜਿਹੜੇ ਆਪਣੇ ਵਾਸਤੇ ਜਿਉਂਦੇ ਨੇ ਲੇਕਿਨ ਬਹੁਤਾ ਦੂਸਰੇ ਵਾਸਤੇ ਜਿਉਂਦੇ ਨੇ, ਦੂਸਰੇ ਦਾ ਕੰਮ ਕਰਦੇ ਨੇ, ਦੂਸਰੇ ਦੀ ਸੇਵਾ ਕਰਦੇ ਨੇ, ਦੂਸਰੇ ਨੂੰ ਸੁੱਖ ਦੇਣ ਵਾਸਤੇ ਜਿਉਂਦੇ। ਸੋ ਇਹਦੇ ਵਾਸਤੇ ਭਾਈ ਪਰਉਪਕਾਰ ਕਰਨਾ ਪੈਂਦਾ। ਜਿਹੜਾ ਪਰਉਪਕਾਰੀ ਹੈ, ਬੰਦਗੀ ਕਰਦਾ ਹੈ, ਪ੍ਰਭ ਕੋ ਸਿਮਰੇ ਸੇ ਪਰਉਪਕਾਰੀ, ਬ੍ਰਹਮ ਗਿਆਨੀ ਪਰਉਪਕਾਰ ਮਹਾ। ਜਦੋਂ ਬ੍ਰਹਮ ਗਿਆਨ ਪ੍ਰਾਪਤ ਹੁੰਦਾ ਫਿਰ ਉਹਦੇ ਅੰਦਰ ਚਸ਼ਮਾ ਚੱਲਦਾ ਹੈ ਪਰਉਪਕਾਰ। ਸੋ ਮਹਾਰਾਜ ਕਹਿੰਦੇ ਸੇਵਾ ਕਰਕੇ, ਪ੍ਰਭੂ ਦੀ ਸੇਵਾ ਕਰੀ, ਵਾਹਿਗੁਰੂ ਦੀ ਸੇਵਾ, ਗੁਰੂ ਦੀ ਸੇਵਾ, ਬੇਅੰਤ ਕਿਸਮ ਦੀ ਸੇਵਾ। ਵਾਹਿਗੁਰੂ ਦੀ ਸੇਵਾ ਉਹ ਕਰਦਾ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਪਰਮੇਸ਼ੁਰ ਦਾ ਰੂਪ ਜਾਣਦਾ ਅਤੇ ਇੱਥੇ ਕੋਹਜ ਨਹੀਂ ਪੈਣ ਦੇਣੀ ਚਾਹੁੰਦਾ। ਉਹ ਇਹ ਚਾਹੁੰਦਾ ਕਿ ਦੁਨੀਆ ਸੁਖੀ ਰਹੇ, ਸ਼ਾਂਤੀ ਵਿੱਚ ਰਹਿਣ, ਜਿਸ ਕੰਮ ਨੂੰ ਕਰਨ ਵਾਸਤੇ ਹੈ ਉਸ ਕੰਮ ਦੀ ਇਹਨਾਂ ਨੂੰ ਸੋਝੀ ਹੋਵੇ। ਸੋ ਮਹਾਰਾਜ ਕਹਿੰਦੇ ਇਹ ਸੇਵਾ ਭਾਈ ਤੂੰ ਕਰੇਗਾ ਤਾਂ ਦਰਗਾਹ ਦੇ ਵਿੱਚ ਜਾ ਕੇ ਤੈਨੂੰ ਮਾਣ ਦੀ ਪ੍ਰਾਪਤੀ ਹੋਏਗੀ। ਦਰਗੇ ਮਾਣ ਪਾਵੇਗਾ ਪ੍ਰਭ ਜੀ ਦੀ ਸੇਵਾ ਕਰਕੇ, ਦਰਗੇ ਮਾਣ ਪਾਵੇਗਾ ਪ੍ਰਭ ਜੀ ਦੀ ਸੇਵਾ ਕਰਕੇ। ਦਰਗੇ ਵੈਸਣ ਪਾਈ ਹੈ ਕੋ ਨਾਨਕ ਵਾਹ ਲੜਾਈ। ਕਹਿੰਦੇ ਦੇਖ ਪ੍ਰੇਮੀਆਂ ਸੇਵਾ ਕਰੀ ਪ੍ਰਭੂ ਦੀ, ਹਰ ਸਤ ਨਿਰੰਜਣ ਸਦ ਸੇਵ ਮਨ ਮੇਰੇ, ਜਿੱਤ ਹਰ ਦਰਗੇ ਪਾਵੇ ਤੂੰ ਮਾਣ। ਦਰਗਾਹ ਦੇ ਵਿੱਚ ਤੈਨੂੰ ਮਾਣ ਪ੍ਰਾਪਤ ਹੋਏਗਾ ਸੇਵਾ ਕਰ। ਸਦਾ ਸਦਾ ਸੋ ਸੇਵੀਐ ਜੋ ਸਭ ਮੈਂ ਰਿਹਾ ਸਮਾਏ, ਅਵਰ ਦੂਜਾ ਕਿਉਂ ਸੇਵੀਐ ਜੰਮੈ ਤੇ ਮਰ ਜਾਏ। ਪ੍ਰਭੂ ਦਾ ਰੂਪ ਜਾਣ ਕੇ ਸਭ ਦੀ ਸੇਵਾ ਕਰ, ਫਿਰ ਦਰਗਾਹ 'ਚ ਮਾਣ ਪਾਏਗਾ। ਮਹਾਤਮਾ ਬੁੱਧ
ਜਦੋਂ ਪ੍ਰਾਪਤੀ ਹੋ ਗਈ ਆਪ ਨੂੰ ਅਤੇ ਬਹੁਤ ਦੁਨੀਆਂ 'ਚ ਮਸ਼ਹੂਰ ਹੋ ਗਏ, ਉਸ ਵੇਲੇ ਜਦੋਂ ਸ਼ਹਿਰ ਦੇ ਵਿੱਚੋਂ ਲੰਘਿਆ ਕਰਦੇ ਸੀ ਤਾਂ ਰਸਤੇ ਦੇ ਵਿੱਚ ਇੱਕ ਵੇਸ਼ਵਾ ਰਹਿੰਦੀ ਸੀ, ਬੜੀ ਚੰਚਲ ਵਿਰਤੀ ਦੀ ਸੀ, ਸਾਧੂ ਮਹਾਂਪੁਰਸ਼ਾਂ ਉੱਤੇ ਵੀ ਕਟਾਕਸ਼ ਕਰਦੀ ਰਹਿੰਦੀ ਸੀ। ਜਦੋਂ ਮਹਾਤਮਾ ਜੀ ਕੋਲ ਦੀ ਲੰਘੇ, ਸਾਹਮਣੇ ਆਈ, ਕਹਿਣ ਲੱਗੀ, ਮਹਾਂਪੁਰਸ਼ੋ ਸਾਡੇ ਘਰ ਵੀ ਤੁਸੀਂ ਚਰਨ ਪਾ ਦਿਆ ਕਰੋ, ਦੁਨੀਆ ਆਉਂਦੀ ਹੈ ਤੁਸੀਂ ਵੀ ਆ ਜਾਓ। ਮਹਾਤਮਾ ਜੀ ਕਹਿਣ ਲੱਗੇ ਬੀਬੀ ਆਵਾਂਗਾ, ਅਜੇ ਸਮਾਂ ਨਹੀਂ ਆਇਆ, ਜਦੋਂ ਸਮਾਂ ਆਇਆ ਉਦੋਂ ਮੈਂ ਤੇਰੇ ਕੋਲ ਜ਼ਰੂਰ ਆਵਾਂਗਾ। 10-15 ਵਾਰੀ ਕਿਹਾ, 20 ਵਾਰੀ ਕਿਹਾ, ਜਦੋਂ ਜਾਣ ਇੱਕੋ ਹੀ ਗੱਲ ਕਹੀ। ਸਮਾਂ ਬੀਤਦਾ ਗਿਆ, ਅਖੀਰ ਉਹ ਜੋ ਵੇਸ਼ਵਾ ਸੀ ਆਪਣੇ ਪਾਪ ਕਰਮਾਂ ਦੇ ਸਦਕੇ ਉਸਨੂੰ ਕੋੜ ਹੋ ਗਿਆ, ਸੁੰਦਰਤਾ ਉਹਦੀ ਖਤਮ ਹੋ ਗਈ, ਦੁੱਖਾਂ 'ਚ ਪੈ ਗਈ, ਕੋਈ ਸਾਥੀ ਨਾ ਰਿਹਾ, ਇਕੱਲੀ ਨੂੰ ਬਾਹਰ ਕੱਢ ਦਿੱਤਾ, ਗੰਦੇ ਥਾਂ ਰੂੜੀਆਂ ਦੇ ਉੱਤੇ ਚੱਕ ਕੇ ਸੁੱਟ ਦਿੱਤੀ, ਕੋਈ ਨੇੜੇ ਨਾ ਜਾਵੇ, ਜਿਹੜੇ ਜਾਂਦੇ ਸੀ ਨੱਕ ਬੰਦ ਕਰਕੇ ਲੰਘ ਜਾਣ, ਵੀ ਆਹ ਦੇਖੋ ਪਾਪ ਕਰਮ ਦਾ ਫਲ ਭੋਗ ਰਹੀ ਹੈ। ਹੁਣ ਮਹਾਤਮਾ ਦਾ ਅਤੇ ਦੁਨੀਆ ਦਾ ਤਾਂ ਹੋਰ ਤਰ੍ਹਾਂ ਦਾ ਖਿਆਲ ਹੁੰਦਾ, ਉਹਨਾਂ ਦਾ ਖਿਆਲ ਹੋਰ ਹੈ, ਦੁਨੀਆ ਦਾ ਹੋਰ ਹੈ। ਦੁਨੀਆ ਉੱਗਣ ਦੇਖਦੀ ਹੈ ਅਤੇ ਖੁਸ਼ ਹੁੰਦੀ ਹੈ ਵੀ ਇਹਨੂੰ ਬਦਲਾ ਮਿਲ ਗਿਆ, ਲੇਕਿਨ ਜਿਹੜੇ ਮਹਾਤਮਾ ਨੇ ਉਹਨਾਂ ਦੇ ਬਾਰੇ ਤਾਂ ਇਸ ਤਰ੍ਹਾਂ ਨਾ ਫਰਮਾਨ ਆਉਂਦਾ।